ਜਸ ਪੰਜਾਬੀ ਦੇਖਦੇ ਸਾਰੇ ਦਰਸ਼ਕਾਂ ਦਾ ਪਿਆਰ ਭਰਾ ਸਤਿ ਸ਼੍ਰੀ ਅਕਾਲ। ਮੈਂ ਹਾਂ ਆਸ਼ਮਿਤਾ, ਤੁਸੀਂ ਵੇਖ ਰਹੇ ਹੋ ਵਿੱਚ ਦੁਨੀਆ ਸੇਵ ਕਮਾਈਏ। ਅੱਜ ਆਪਾਂ ਪਹੁੰਚੇ ਹਾਂ ਸ਼ਿਕਾਗੋ ਇਲਾਨੋਇਜ਼ ਵਿੱਚ, ਜੋ ਪੈਂਦਾ ਯੂਨਾਈਟਿਡ ਸਟੇਟਸ ਦੇ ਬਿਲਕੁਲ ਸੈਂਟਰ ਪੁਆਇੰਟ ਵਿੱਚ। ਐਂਡ ਇੱਥੇ ਗੱਲ ਹੋ ਰਹੀ ਹੈ ਗੁਰਚਰਨ ਸਿੰਘ ਜੱਜ ਦੇ ਨਾਲ। ਜੱਜ ਸਾਹਿਬ, ਸਭ ਤੋਂ ਪਹਿਲਾਂ ਤੁਹਾਡਾ ਥੈਂਕ ਯੂ ਐਂਡ ਸਾਡੇ ਸ਼ੋਅ 'ਤੇ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ। ਥੈਂਕ ਯੂ ਜੱਜ ਸਾਹਿਬ। ਤੁਸੀਂ ਇੱਥੇ ਸ਼ਿਕਾਗੋ ਵਿੱਚ ਪਿਛਲੇ 40 ਤੋਂ ਵੱਧ ਸਾਲਾਂ ਤੋਂ ਸੈਟਲ ਹੋਏ ਹੋ। ਤੁਹਾਡੀ ਇੱਥੇ ਸਟੋਰੀ, ਇੱਥੇ ਦੀ ਜੋ ਵਸਦੀ ਕਮਿਊਨਿਟੀ ਹੈ, ਮਤਲਬ ਜੋ ਇੱਥੇ ਪਹਿਲਾ ਗੁਰਦੁਆਰਾ ਬਣਿਆ ਸੀ ਉਸ ਟਾਈਮ ਤੋਂ ਲੈ ਕੇ ਅੱਜ ਤੱਕ ਤੁਸੀਂ ਕਮਿਊਨਿਟੀ ਵਿੱਚ ਇਨਵੋਲਵ ਹੋ, ਇੱਕ ਲੀਡਰ ਮਾਨੇ ਜਾਂਦੇ ਹੋ। ਤੁਹਾਡੀ ਜੋ ਇੱਥੇ ਦੀ ਪੰਜਾਬੀ ਕਮਿਊਨਿਟੀ ਗਰੋਥ ਜੋ ਤੁਸੀਂ ਵੇਖੀ ਹੈ, ਉਹਦਾ ਐਕਸਪੀਰੀਅੰਸ ਥੋੜ੍ਹਾ ਸਾਨੂੰ ਦੱਸੋ। ਮੈਂ ਸ਼ਿਕਾਗੋ ਇੱਥੇ ਅਗਸਤ 71 ਵਿੱਚ ਆਇਆ ਸੀਗਾ। ਉਸ ਵਕਤ ਇੱਥੇ ਜੋਬਸ ਜ਼ਿਆਦਾ ਇੰਜੀਨੀਅਰਿੰਗ ਲਈ ਬਹੁਤ ਔਖੀ ਸੀ, ਬਹੁਤ ਸਲੰਪ ਸੀ ਇੰਜੀਨੀਅਰਿੰਗ ਲਈ। ਸੋ ਮੈਂ 71 ਵਿੱਚ ਆਇਆ ਅਤੇ ਉਸ ਵਕਤ ਆਪਣੀ ਜਿਹੜੀ ਸਿੱਖ ਕਮਿਊਨਿਟੀ ਬਹੁਤ ਥੋੜ੍ਹੀ ਸੀ ਇੱਥੇ, ਅਤੇ ਠੀਕ ਹੈ, ਔਰ ਜੋਬ ਕਰਕੇ ਸ਼ੁਰੂ ਕਰਨੀ ਪਈ ਅਤੇ ਨਾਲ ਨਾਲ ਪੜ੍ਹਾਈ ਕੀਤੀ ਮਾਸਟਰਸ ਲਈ ਯੂਨੀਵਰਸਿਟੀ ਵਾਲਿਆਂ ਨੂੰ ਆਇਆ, ਅਤੇ ਉਹ ਤੋਂ ਬਾਅਦ ਫਿਰ ਜੋਬ ਮਿਲ ਗਈ। ਉਹ ਤੋਂ ਬਾਅਦ ਜੋਬ ਮਿਲਣ ਤੋਂ ਬਾਅਦ ਫਿਰ ਮੈਂ ਕਮਿਊਨਿਟੀ ਕੰਮ ਵਿੱਚ ਵੀ ਇਨਵੋਲਵ ਹੋਣਾ ਸ਼ੁਰੂ ਕਰਤਾ, ਕਿਉਂਕਿ ਉਸ ਵਕਤ ਸਾਡੇ ਇੱਥੇ ਗੁਰਦੁਆਰਾ ਕੋਈ ਨਹੀਂ ਸੀਗਾ। ਅਸੀਂ ਐਵਰੀ ਮੰਥ ਨਾ ਵਨ ਸੰਡੇ ਆਫ ਏ ਮੰਥ ਇੱਕ ਸੇਂਟ ਚਾਰਲਸ ਇੱਥੇ ਸਵਰਗ ਹੈ, ਉਹਦਾ ਹਾਲ ਅਸੀਂ ਰੈਂਟ ਕਰਕੇ ਮੀਟ ਕਰਦੇ ਸੀਗੇ। ਉਹ ਤੋਂ ਬਾਅਦ ਕਮਿਊਨਿਟੀ ਦੇ ਥੋੜ੍ਹੇ ਚੰਗੇ ਬੰਦੇ ਸੀ, ਪੁਰਾਣੇ ਜਿਹੜੇ ਹੈ ਥੋੜ੍ਹੇ ਜਿਹੇ, ਉਹਨਾਂ ਨੇ ਸੋਚਿਆ ਵੀ ਆਪਾਂ ਗੁਰਦੁਆਰਾ ਸ਼ੁਰੂ ਕਰੀਏ। ਨਵੇਂ ਨਵੇਂ ਆਏ ਸੀ ਸਾਰੇ ਅਸੀਂ, ਤਾਂ ਉਹ ਤੋਂ ਬਾਅਦ ਦੋ ਤਿੰਨ ਚਾਰ ਸੀ ਪੁਰਾਣੇ ਡਾਕਟਰ ਸੀ, PhDs ਪ੍ਰੋਫੈਸਰ ਸੀਗੇ, ਉਹ ਮੋਢੀ ਹੋਏ ਸਾਡੇ। ਉਹਨਾਂ ਨੇ ਫਿਰ ਜ਼ਮੀਨ ਦੇਖਣੀ ਸ਼ੁਰੂ ਕੀਤੀ ਅਤੇ ਪੈਲਾਟਾਈਨ ਵਿੱਚ ਅਸੀਂ 3 acres ਜ਼ਮੀਨ ਲੈ ਲਈ। ਲੇਕਿਨ ਉਸ ਵਕਤ ਸਾਨੂੰ ਇੱਕ ਪ੍ਰੋਬਲਮ ਆਈ ਸੀ ਕਿ ਕਮਿਊਨਿਟੀ ਬਹੁਤ ਛੋਟੀ ਸੀ ਔਰ ਨਵੀਂ ਸੀ, ਕੋਈ ਬੈਂਕ ਲੋਨ ਨਹੀਂ ਦਿੰਦਾ ਸੀਗਾ। ਤਾਂ ਫਿਰ ਇੱਕ ਬੈਂਕ ਨੇ ਕਿਹਾ ਬਈ ਅੱਛਾ ਇਸ ਤਰ੍ਹਾਂ ਕਰੋ ਬਈ 100 ਬੰਦੇ ਸਾਨੂੰ ਬੌਂਡ ਭਰ ਦਿਓ, ਬਈ ਜੇ ਇਨ ਕੇਸ ਆਫ ਅਸੀਂ ਮੋਰਗੇਜ ਪੇ ਨਹੀਂ ਕਰ ਸਕੇ ਤਾਂ ਅਸੀਂ $1,000 ਤੁਹਾਨੂੰ ਦਿਆ ਕਰਾਂਗੇ, ਅਸੀਂ ਮੋਰਗੇਜ ਦੇਵਾਂਗੇ ਐਕਚੁਅਲੀ। ਠੀਕ ਹੈ, ਮੋਰਗੇਜ ਮਿਲ ਗਿਆ ਅਤੇ ਅਸੀਂ ਉਸ 3 acres ਵਿੱਚ ਅਸੀਂ ਸੈਂਟਰਲ ਜਿਹੜੀ ਬਿਲਡਿੰਗ ਹੈ ਸਾਡੇ ਗੁਰਦੁਆਰਾ ਸਾਹਿਬ ਦੀ ਬਣ ਗਈ। ਉਹ ਤੋਂ ਬਾਅਦ ਕਮਿਊਨਿਟੀ 1x1 ਥੋੜ੍ਹੀ ਤੋਂ ਥੋੜ੍ਹੀ ਵੇ ਵੱਧਦੀ ਗਈ ਅਤੇ ਸੋਚਿਆ ਵੀ ਹੁਣ ਗੁਰਦੁਆਰੇ ਦੀ ਐਕਸਪੈਂਸ਼ਨ ਹੋਵੇ। ਤਾਂ ਨਾਲ ਦੀ ਜਿਹੜੀ ਇੱਕ ਜਿਹੜੀ ਵੈਸਟ ਸਾਈਡ ਦੀ ਪਾਰਕਿੰਗ ਹੈ, ਉਹ ਕੁਛ 3-4 ਡਾਕਟਰ ਸੀਗੇ ਉਹਨਾਂ ਨੇ ਖਰੀਦ ਲਈ ਅਤੇ 4-5 ਸਾਲ ਤੋਂ ਬਾਅਦ ਉਹਨਾਂ ਨੇ ਉਹ ਗੁਰਦੁਆਰੇ ਨੂੰ ਡੋਨੇਟ ਕਰਤੀ। ਅਤੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਸਾਡੀ ਕੋਈ ਹੈ 7-8 acres ਜ਼ਮੀਨ, ਜੋ ਮਿਲਵਾਕੀ ਦੇ ਸਰ ਦਰਸ਼ਨ ਸਿੰਘ ਧਾਲੀਵਾਲ ਨੇ ਉਹਨਾਂ ਨੇ ਖਰੀਦ ਲਈ, ਖਰੀਦ ਕੀ ਅਤੇ ਉਹ ਗੁਰਦੁਆਰੇ ਨੂੰ ਡੋਨੇਟ ਕਰਤੀ। ਅਤੇ ਉਹ ਤੋਂ ਬਾਅਦ ਜਦ ਗੁਰਦੁਆਰੇ ਦੇ ਨਾਲ ਦਾ ਇੱਕ ਘਰ ਸੀਗਾ, ਘਰ ਸਾਡੇ ਕੋਲ ਪੈਸੇ ਬਿਲਕੁਲ ਨਹੀਂ ਸੀਗੇ ਉਸ ਵਕਤ, ਫਿਰ ਅਸੀਂ ਕੀ ਕੀਤਾ ਬਈ ਅਸੀਂ ਕੋਈ 20 ਬੰਦੇ ਰਲ ਕੇ ਨਾ $1,000 ਪਾ ਕੇ ਅਸੀਂ ਡਾਊਨ ਪੇਮੈਂਟ ਦੇ ਦਿੱਤੀ ਅਤੇ ਡਾਊਨ ਪੇਮੈਂਟ ਦੇ ਕੇ ਉਹ ਘਰ ਅਸੀਂ ਖਰੀਦ ਲਿਆ। ਉਹ ਫਿਰ ਜਦੋਂ ਘਰ ਸਾਡਾ ਹੋ ਗਿਆ ਤਾਂ ਸਾਡੇ ਵਿਲੇਜ ਉਹ ਪੈਲਾਟਾਈਨ ਨੇ ਕਿਹਾ ਵਿੱਚ ਛੋਟੀ ਜਿਹੀ ਸੜਕ ਜਾਂਦੀ ਸੀ ਉਹ ਸੜਕ ਵੀ ਸਾਨੂੰ ਉਹਨਾਂ ਨੇ ਦੇ ਦਿੱਤੀ। ਸੋ ਹੁਣ ਐਟਲੀਸਟ ਸਾਡੇ ਗੁਰਦੁਆਰਾ ਸਾਹਿਬ ਕੋਲ ਮੇਰੇ ਕੋਲ 15 acres ਜ਼ਮੀਨ ਹੈਗੀ ਹੈ, ਔਰ ਉਹ ਤੋਂ ਬਾਅਦ ਫਿਰ ਕਾਫੀ ਐਕਸਪੈਂਸ਼ਨ ਹੁੰਦੀ ਰਹੀ, ਹੁਣ ਕਾਫੀ ਗੁਰਦੁਆਰਾ ਕਾਫੀ ਵੱਡਾ ਹੈ। ਅਤੇ ਜੱਜ ਸਾਹਿਬ, ਤੁਹਾਡੀ ਮਤਲਬ ਸ਼ੁਰੂ ਤੋਂ ਹੀ ਆਪਣੀ ਜੋ ਪੰਜਾਬੀ ਕਲਚਰ ਅਤੇ ਸਿੱਖੀ ਦੇ ਜੋ ਸਭ ਤੋਂ ਇੰਪੋਰਟੈਂਟ ਚੀਜ਼ਾਂ ਹੁੰਦੀਆਂ, ਗੁਰੂ ਘਰ ਲੈ ਲਓ, ਉਹਦੇ ਵਿੱਚ ਤੁਹਾਡੀ ਐਫਰਟਸ ਇੱਥੇ ਸ਼ੁਰੂ ਤੋਂ ਹੀ ਸ਼ੁਰੂ ਸੀਗੀ, ਰਾਈਟ? ਸੋ
ਇੱਕ ਤਾਂ ਹੋ ਗਈ ਆਪਣੀ ਜੋ ਧਾਰਮਿਕ ਸੇਵਾ ਹੁੰਦੀ ਹੈ, ਬਟ ਤੁਸੀਂ ਸੋਸ਼ਲ ਸਾਈਡ 'ਤੇ ਵੀ ਕਾਫੀ ਇਨਵੋਲਵਡ ਹੈਗੇ, ਜਿੱਦਾਂ ਹੁਣ ਆਪਾਂ ਅਗਰ ਬੜੂ ਸਾਹਿਬ ਅਕਾਲ ਅਕੈਡਮੀ ਦੀ ਗੱਲ ਕਰਦੇ ਹਾਂ, ਤੁਸੀਂ ਆਲਮੋਸਟ 30 ਈਅਰਸ ਤੋਂ ਇਨਵੋਲਵ ਹੈਗੇ, ਸਾਨੂੰ ਥੋੜ੍ਹਾ ਦੱਸੋ ਕਿ ਇਸ ਸੰਸਥਾ ਨਾਲ ਤੁਹਾਡਾ ਸੰਬੰਧ ਕਿੱਦਾਂ ਸ਼ੁਰੂ ਹੋਇਆ? 1991 ਵਿੱਚ ਡਾਕਟਰ ਖੇਮ ਸਿੰਘ ਗਿੱਲ USA ਆਏ, ਜਾਂ USA ਉਹਦੇ ਤੋਂ ਸ਼ਿਕਾਗੋ ਵੀ ਆਏ, ਕਿਉਂਕਿ ਉਹਨਾਂ ਦੇ ਕੁਝ ਸਟੂਡੈਂਟ ਇੱਥੇ ਸੀਗੇ, ਉਹਨਾਂ ਕੋਲ ਆਏ ਉਸ ਵਕਤ। ਤਾਂ ਮੇਨ ਪਰਪਸ ਸੀ ਉਹਨਾਂ ਦਾ, ਕਿਉਂਕਿ ਅਕਾਲ ਅਕੈਡਮੀ ਬੜੂ ਸਾਹਿਬ 4-5 ਸਾਲ ਪੁਰਾਣੀ ਹੋ ਚੁੱਕੀ ਸੀਗੀ, ਅਤੇ ਫੰਡਸ ਕਲੈਕਸ਼ਨ ਲਈ ਆਏ। ਉਸ ਵਕਤ ਮੇਰਾ ਵੀ ਡਾਕਟਰ ਖੇਮ ਸਿੰਘ ਉਹਨਾਂ ਨਾਲ ਗੱਲਬਾਤ ਹੋਈ, ਅਤੇ ਉਸ ਤੋਂ ਬਾਅਦ ਫਿਰ ਦਿਨੋਂ ਦਿਨ ਉਹ ਜਿਹੜੀ ਸੀ ਨਾ ਬੜੂ ਸਾਹਿਬ ਨਾਲ ਵੱਧਦਾ ਹੀ ਗਿਆ ਉਸ ਵਿੱਚ ਹੀ। ਅਤੇ ਉਸ ਤੋਂ ਬਾਅਦ ਤੁਸੀਂ ਉਸ ਟਾਈਮ ਡਾਕਟਰ ਖੇਮ ਸਿੰਘ ਗਿੱਲ ਜੀ ਨੂੰ ਮਿਲੇ, ਅਤੇ ਉਹਨਾਂ ਨੇ ਤੁਹਾਨੂੰ ਥੋੜ੍ਹਾ ਜਿਹਾ ਦੱਸਿਆ ਕਿ ਇਹ ਪ੍ਰੋਗਰਾਮ ਆਪਾਂ ਸ਼ੁਰੂ ਕੀਤਾ ਹੈ, ਅਤੇ ਉਹਨਾਂ ਨੇ ਤੁਹਾਨੂੰ ਕਿੱਦਾਂ ਡਿਸਕ੍ਰਾਈਬ ਕੀਤਾ ਕਿ ਬੜੂ ਸਾਹਿਬ ਦਾ ਕੀ ਮਿਸ਼ਨ ਸੀਗਾ ਉਸ ਟਾਈਮ? ਉਹਨਾਂ ਦਾ ਇਹ ਸੀਗਾ ਬਈ ਜਿਹੜੇ ਆਪਣੇ ਬੱਚੇ ਆ ਨਾ, ਪੇਂਡੂ ਬੱਚੇ ਜਿਹੜੇ ਹੈਗੇ ਨੇ, ਉਹ ਸਿੱਖੀ ਤੋਂ ਪਰੇ ਹੋ ਰਹੇ ਨੇ ਬਹੁਤ। ਉਹਨਾਂ ਨੂੰ ਪ੍ਰੋਬਲਮ, ਐਜੂਕੇਸ਼ਨ ਚੰਗੀ ਮਿਲ ਨਹੀਂ ਰਹੀ ਹੈਗੀ, ਦੁਨਿਆਵੀ ਐਜੂਕੇਸ਼ਨ ਵੀ ਠੀਕ ਤਰ੍ਹਾਂ ਨਹੀਂ ਮਿਲ ਰਹੀ ਕਿਉਂਕਿ ਉਹ ਬਹੁਤ ਮਹਿੰਗੀ ਹੋ ਰਹੀ ਹੈ, ਔਰ ਜਿਹੜੀ ਸਿੱਖੀ ਤੋਂ ਪਰੇ ਹੋ ਰਹੇ ਨੇ। ਰਿਲੀਜੀਅਸ ਐਜੂਕੇਸ਼ਨ ਵੀ ਮਿਲਣੀ ਚਾਹੀਦੀ ਹੈ। ਤੋ ਉਹਨਾਂ ਦਾ ਇਹ ਕਹਿਣਾ ਸੀ ਕਿ ਅਸੀਂ ਪਿੰਡਾਂ 'ਚ ਜਾ ਕੇ ਅਕੈਡਮੀਆਂ ਖੋਲ੍ਹਣੀਆਂ ਨੇ, ਜੋ ਬੱਚਿਆਂ ਨੂੰ, ਪੇਂਡੂ ਬੱਚਿਆਂ ਨੂੰ ਸਿੱਖੀ ਨਾਲ ਵੀ ਜੋੜਨਗੀਆਂ ਔਰ ਕੁਆਲਿਟੀ ਐਜੂਕੇਸ਼ਨ ਦੇਣਗੀਆਂ। ਅਤੇ ਉਸ ਲਈ ਉਹ ਫੰਡ ਰੇਜ਼ਿੰਗ ਲਈ ਆਲਮੋਸਟ ਐਵਰੀ ਈਅਰ ਆਉਂਦੇ ਰਹੇ, ਅਤੇ ਉਹ ਤੋਂ ਬਾਅਦ ਫਿਰ ਬਾਬਾ ਜੀ ਵੀ ਆਉਣੇ ਸ਼ੁਰੂ ਹੋ ਗਏ, ਅਤੇ ਨਾਲ ਬੱਚੀਆਂ ਵੀ ਆਉਣ ਲੱਗ ਗਈਆਂ ਜੋ ਢਾਡੀ ਵਾਰਾਂ ਦਾ ਕੀਰਤਨ ਕਰਦੇ ਸੀਗੇ। ਅਤੇ ਉਹ ਤੋਂ ਬਾਅਦ ਦਿਨੋਂ ਦਿਨ ਫਿਰ ਬੜੂ ਸਾਹਿਬ ਨਾਲ ਮਤਲਬ ਜ਼ਿਆਦਾ ਜੁੜਦੇ ਰਹੇ ਮੈਂ। ਜੱਜ ਜੀ, ਜਦੋਂ ਤੁਸੀਂ ਇੱਥੇ ਸੈਟਲ ਹੋਏ, ਤੁਹਾਡੀ ਇੱਥੇ ਤੁਹਾਡੀ ਇਨਵੋਲਵਮੈਂਟ ਕਮਿਊਨਿਟੀ ਵਿੱਚ, ਕਮਿਊਨਿਟੀ ਦੇ ਕੰਮਾਂ ਵਿੱਚ ਲੱਗ ਗਈ, ਬਟ ਉਸ ਤੋਂ ਬਾਵਜੂਦ ਵੀ ਤੁਸੀਂ ਪੰਜਾਬ ਦੇ ਪਿੰਡਾਂ ਦੇ ਬੱਚਿਆਂ ਲਈ, ਤੁਹਾਡੇ ਵਿੱਚ ਕੀ ਇਹ ਫੀਲਿੰਗ ਆਈ ਕਿ ਮੈਂ ਉੱਥੇ ਪਿੰਡਾਂ ਦੇ ਬੱਚਿਆਂ ਲਈ ਕੁਛ ਕਰਨਾ ਹੈ? ਕੀ ਮਤਲਬ ਤੁਹਾਨੂੰ ਮੋਟੀਵੇਟ ਕਿਸ ਚੀਜ਼ ਨੇ ਕੀਤਾ? ਪਹਿਲਾਂ ਮੈਂ ਦੱਸਦਿਆਂ, ਮੈਂ ਐਕਚੁਅਲੀ ਮੇਰਾ ਲੁਧਿਆਣਾ ਜ਼ਿਲ੍ਹੇ 'ਚ ਪਿੰਡ ਹੈਗਾ, ਅਬਾਊਟ 7 ਕੁ ਮੀਲ ਦੂਰ ਹੈ ਲੁਧਿਆਣਾ ਸਿਟੀ ਤੋਂ। ਹੁਣ ਤਾਂ ਉਹ ਲੁਧਿਆਣਾ ਸਿਟੀ ਦੇ ਵਿੱਚ ਹੀ ਆ ਗਿਆ। ਅਤੇ ਉੱਥੇ ਇੱਕ ਬੜਾ ਸਕੂਲ ਹੈ, ਮਾਲਵਾ ਖਾਲਸਾ ਹਾਈ ਸਕੂਲ ਲੁਧਿਆਣੇ 'ਚ, ਜਿਹਦਾ ਨਿਉਂ ਪੱਥਰ ਸੰਤ ਅਤਰ ਸਿੰਘ ਜੀ ਮਹਾਰਾਜ ਨੇ ਰੱਖਿਆ ਸੀ। 1908 ਵਿੱਚ ਉਹ ਸਕੂਲ ਸ਼ੁਰੂ ਹੋਇਆ ਸੀ, ਅਤੇ ਉਹ ਬਹੁਤ ਮਤਲਬ ਚੰਗਾ ਸਕੂਲ ਗਿਣਿਆ ਜਾਂਦਾ ਸੀਗਾ। ਮੋਸਟਲੀ ਪਿੰਡਾਂ ਦੇ ਜਿਹੜੇ ਬੱਚੇ ਸੀਗੇ ਉਹ ਮੋਸਟਲੀ ਉੱਥੇ ਹੀ ਪੜ੍ਹਦੇ ਸੀ, ਕਿਉਂਕਿ 8-9 ਮੀਲ ਦੂਰ ਹੁੰਦੇ, ਸਾਈਕਲਾਂ 'ਤੇ ਆਉਣਾ, ਪੜ੍ਹਾਈ ਕਰਨੀ ਅਤੇ ਪਿੰਡਾਂ ਨੂੰ ਚਲੇ ਜਾਣਾ। ਤਾਂ ਮੇਰੀ ਐਜੂਕੇਸ਼ਨ ਜਿਹੜੀ ਸੀ, ਤਾਂ ਉਹ ਅਸੀਂ ਲੁਧਿਆਣੇ ਸ਼ਹਿਰ 'ਚ ਰਹਿੰਦੇ ਸੀ, ਮੇਰੀ ਅਤੇ ਮੇਰੇ ਹੋਰ ਮੇਰੇ ਬ੍ਰਦਰ ਦੀ ਸਾਰੀ ਐਜੂਕੇਸ਼ਨ ਉਸ ਸਕੂਲ ਵਿੱਚ ਹੋਈ। ਤੋ ਨੈਚੁਰਲੀ ਮਾਲਵਾ ਖਾਲਸਾ ਹਾਈ ਸਕੂਲ ਦਾ ਮਾਹੌਲ ਇਸ ਤਰ੍ਹਾਂ ਦਾ ਸੀਗਾ ਕਿ ਉਹ ਐਜੂਕੇਸ਼ਨ ਦੇ ਨਾਲ ਨਾਲ ਸਿੱਖੀ ਨਾਲ ਵੀ ਜੋੜਦੇ ਸੀਗੇ, ਪਰ ਇੰਨਾ ਨਹੀਂ ਜਿੰਨਾ ਬੜੂ ਸਾਹਿਬ ਵਾਲੇ ਸਿੱਖੀ ਨਾਲ ਬੱਚਿਆਂ ਨੂੰ ਜੋੜਦੇ ਨੇ। ਅਤੇ ਉਹ ਫਿਰ ਵੀ ਮਤਲਬ ਕਾਫੀ ਚੰਗਾ ਸਕੂਲ ਹੈ, ਹੁਣ ਵੀ ਬਹੁਤ ਚੰਗਾ ਸਕੂਲ ਹੈ। ਤਾਂ ਸ਼ਾਇਦ ਤੁਹਾਨੂੰ ਕਾਫੀ ਸੰਗਤਾਂ ਨੂੰ ਪਤਾ ਨਹੀਂ ਹੋਣਾ, ਸਰਾ ਕਰਤਾਰ ਸਿੰਘ ਸਰਾਭਾ ਜਿਹੜੇ ਹੋਏ ਨੇ ਸ਼ਹੀਦ, ਉਹ ਪਹਿਲੇ ਬੈਚ ਦੇ ਸਟੂਡੈਂਟ ਸੀਗੇ। ਅੱਛਾ ਜੀ। ਹਾਂ, ਉਹ ਪਹਿਲੇ ਬੈਚ ਦੇ ਸਟੂਡੈਂਟ ਸੀ। ਇੱਕ ਹੋਰ ਸ਼ਾਇਦ ਇਹ ਵੀ ਨਹੀਂ ਪਤਾ ਹੋਣਾ, ਜਿਹੜਾ ਪਹਿਲਾ ਹਿੰਦੁਸਤਾਨ ਦਾ ਸਿਟੀਜ਼ਨ ਜਿਹੜਾ ਐਵਰੈਸਟ 'ਤੇ ਗਿਆ ਸੀਗਾ, ਉਹ ਸਿੱਖ ਸੀਗਾ। ਅੱਛਾ ਜੀ। ਕੈਪਟਨ ਅਵਤਾਰ ਸਿੰਘ ਚੀਮਾ, ਉਹ ਮੇਰੇ ਸਕੂਲ ਦਾ, ਮੈਂ ਤੋਂ 1 ਸਾਲ ਸੀਨੀਅਰ ਹੁੰਦਾ ਸੀ ਮਾਲਵਾ ਸਕੂਲ ਦਾ। ਚੰਗੇ ਚੰਗੇ ਉੱਥੇ ਦੇ ਮਤਲਬ ਸਟੂਡੈਂਟ ਚੰਗੇ ਚੰਗੇ ਪੁਜ਼ੀਸ਼ਨਾਂ 'ਤੇ ਗਏ ਨੇ ਬਾਅਦ 'ਚ। ਸਾਹਿਬ ਗੁਰਨਾਮ ਸਿੰਘ ਜਿਹੜੇ ਚੀਫ ਮਿਨਿਸਟਰ ਸੀਗੇ, ਹਾਈ ਕੋਰਟ ਦੇ ਜੱਜ ਵੀ ਰਹੇ ਨੇ,
ਉਹ ਸਾਡੇ ਸਕੂਲ ਦੇ ਪੜ੍ਹੇ ਹੋਏ ਸੀ ਅਤੇ ਉਸ ਨਾਲ ਮਤਲਬ ਨਾ ਸਿੱਖੀ ਦੇ ਸਿੱਖੀ ਨਾਲ ਨੈਚੁਰਲੀ ਉਸ ਸਕੂਲ ਕਰਕੇ ਜੁੜਦੇ ਰਹੇ, ਪਾਠ ਕਰਨਾ, ਹੋਰ ਰਿਲੀਜੀਅਸ ਫੰਕਸ਼ਨਾਂ ਜਾਣਾ, ਇਹ ਇੱਕ ਲਾਈਫ ਦਾ ਪਾਰਟ ਬਣ ਚੁੱਕਿਆ ਸੀ। ਜਦ ਇੱਥੇ ਮੈਂ ਆਇਆ ਅਤੇ ਪਿੰਡਾਂ ਦਾ ਦੇਖਿਆ ਸਟੂਡੈਂਟ ਦਾ ਕੀ ਹਾਲ ਹੈ, ਸੋ ਨੈਚੁਰਲੀ ਜਦੋਂ ਬਾਬਾ ਜੀ ਡਾਕਟਰ ਖੇਮ ਸਿੰਘ ਹੋਣੀ ਇੱਥੇ ਆਉਣ ਲੱਗੇ, ਮਨ ਨੂੰ ਬਹੁਤ ਚੰਗਾ ਲੱਗਿਆ ਵੀ ਇਹ ਬਹੁਤ ਚੰਗਾ ਕੰਮ ਕਰ ਰਹੇ ਨੇ ਔਰ ਪਿੰਡਾਂ ਦੇ ਬੱਚਿਆਂ ਲਈ ਇਹ ਬਹੁਤ ਚੰਗੀ ਗੱਲ ਹੋਏਗੀ ਜੇ ਅਕੈਡਮੀਆਂ ਪਿੰਡਾਂ 'ਚ ਖੋਲ੍ਹੀਆਂ ਜਾਣ। ਸੋ ਹੋਇਆ ਵੀ ਇਸ ਤਰ੍ਹਾਂ ਹੀ, ਹੁਣ ਬੜੂ ਸਾਹਿਬ ਦੀਆਂ 129 ਅਕੈਡਮੀਆਂ ਨੇ, ਇੱਕ ਜਿਹੜੀ ਅਕੈਡਮੀ ਸਿਰਫ ਮੁਕਤਸਰ ਸਾਹਿਬ 'ਚ ਹੈ ਸ਼ਹਿਰ 'ਚ, ਬਾਕੀ ਸਾਰੀਆਂ ਅਕੈਡਮੀਆਂ ਪਿੰਡਾਂ 'ਚ ਨੇ ਔਰ ਉਹ ਅਕੈਡਮੀਆਂ ਜਿਹੜੀਆਂ ਨੇ 15-15, 20-20 ਕਿਲੋਮੀਟਰ ਤੋਂ ਪੇਂਡੂ ਬੱਚਿਆਂ ਨੂੰ ਲਿਆ ਕੇ ਬੱਸਾਂ ਦੇ ਥਰੂ ਉੱਥੇ ਆਉਂਦੇ ਨੇ। ਪਹਿਲਾਂ ਸਕੂਲ ਜਦ ਸ਼ੁਰੂ ਹੁੰਦਾ ਪਹਿਲਾਂ 1 ਘੰਟਾ ਬਾਣੀ ਦਾ ਪਾਠ ਹੁੰਦਾ, ਪਾਠ ਹੋਣ ਤੋਂ ਬਾਅਦ ਕਲਾਸਾਂ ਸ਼ੁਰੂ ਹੁੰਦੀਆਂ ਨੇ। ਜਦੋਂ ਸਕੂਲ ਖਤਮ ਹੁੰਦਾ ਤਾਂ ਜਿਹੜਾ ਹੋਮਵਰਕ ਹੁੰਦਾ ਹੈਗਾ ਉਹ ਵੀ ਬੱਚੇ ਉੱਥੇ ਹੀ ਕਰਕੇ ਆਪਣਾ ਜੋ ਕਿਤਾਬਾਂ ਵੀ ਉੱਥੇ ਹੀ ਛੱਡ ਜਾਂਦੇ ਨੇ। ਇਹ ਪਿੰਡਾਂ ਦੇ ਬੱਚਿਆਂ ਲਈ ਅਮਨ ਵਰਦਾਨ ਹੈ ਜਿਹੜੇ ਪੜ੍ਹਨਾ ਚਾਹੁੰਦੇ ਨੇ ਔਰ ਹਾਲੇ ਸਾਰੀਆਂ ਅਕੈਡਮੀਆਂ ਮਤਲਬ 12ਵੀਂ 12 ਜਮਾਤਾਂ ਤੱਕ ਨਹੀਂ ਹੋਈਆਂ, ਮੇਰੇ ਖਿਆਲ 35 ਅਕੈਡਮੀਆਂ ਜਿਹੜੀਆਂ ਹਾਲੇ 12 ਜਮਾਤਾਂ ਤੱਕ ਹੋਈਆਂ ਨੇ ਔਰ ਉਹਨਾਂ ਦੇ ਟੋਪ ਕਲਾਸ ਰਿਜ਼ਲਟ ਆ ਰਹੇ ਨੇ ਔਰ ਪੇਂਡੂਆਂ ਦੇ ਬੱਚਿਆਂ ਲਈ ਜੋ ਕਦੇ ਮਤਲਬ ਐਕਸਪੈਕਟ ਨਹੀਂ ਸੀ ਪਿੰਡਾਂ ਦੇ ਬੱਚੇ ਵੀ ਇੰਨਾ ਚੰਗਾ ਰਿਜ਼ਲਟ ਲਿਆਉਣਗੇ, ਇਹ ਸਿਰਫ ਅਕਾਲ ਅਕੈਡਮੀਆਂ ਕਰਕੇ ਹੋ ਰਿਹਾ ਹੈ ਪਿੰਡਾਂ ਲਈ। ਔਰ ਟਾਈਮ ਗੁਜ਼ਰਨ ਦੇ ਨਾਲ ਯੂ ਵਿਲ ਸੀ ਦੈਟ ਪਿੰਡਾਂ ਦੇ ਬੱਚੇ ਚੰਗੀ ਐਜੂਕੇਸ਼ਨ ਲੈ ਕੇ, ਦੁਨਿਆਵੀ ਐਜੂਕੇਸ਼ਨ ਅਤੇ ਰਿਲੀਜੀਅਸ ਲੈ ਕੇ ਚੰਗੀਆਂ ਪੁਜੀਸ਼ਨਾਂ 'ਤੇ ਜਾਣਗੇ ਔਰ ਚੰਗੇ ਮਤਲਬ ਸਿੱਖ ਸਾਬਤ ਹੋਣਗੇ ਜੀ। ਚਾਚ ਸਾਹਿਬ ਇੱਥੇ ਆਪਾਂ ਰੁਕਦੇ ਹਾਂ, ਇੱਕ ਛੋਟੀ ਜਿਹੀ ਬ੍ਰੇਕ ਦਾ ਸਮਾਂ ਆ ਗਿਆ ਹੈ, ਤੁਸੀਂ ਵੀ ਜੁੜੇ ਰਹੋ ਸਾਡੇ ਨਾਲ, ਗੱਲ ਹੋ ਰਹੀ ਹੈ ਗੁਰਚਰਨ ਸਿੰਘ ਜੱਜ ਦੇ ਨਾਲ ਅਤੇ ਆਪਾਂ ਪਹੁੰਚੇ ਹਾਂ ਸ਼ਿਕਾਗੋ ਐਂਡ ਵੀ ਵਿਲ ਬੀ ਰਾਈਟ ਬੈਕ, ਹੋਰ ਗੱਲਾਂ ਕਰਾਂਗੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਾਰਿਆਂ ਦਾ ਸਵਾਗਤ ਹੈ, ਤੁਸੀਂ ਵੇਖ ਰਹੇ ਹੋ ਵਿੱਚ ਦੁਨੀਆ ਸੇਵ ਕਮਾਈਏ ਅਤੇ ਅੱਜ ਗੱਲ ਹੋ ਰਹੀ ਹੈ ਗੁਰਚਰਨ ਸਿੰਘ ਚੱਜ ਦੇ ਨਾਲ ਅਤੇ ਆਪਾਂ ਪਹੁੰਚੇ ਹਾਂ ਸ਼ਿਕਾਗੋ ਇਲੀਨੋਇਸ। ਸਰ ਤੁਸੀਂ ਸਾਨੂੰ ਦੱਸ ਰਹੇ ਸੀ ਕਿ ਤੁਹਾਡੀ ਇਨਵੋਲਵਮੈਂਟ ਇੱਥੇ ਕਮਿਊਨਿਟੀ 'ਚ 1971 ਤੋਂ ਲੈ ਕੇ ਅੱਜ ਤੱਕ ਸਾਰੇ ਜੋ ਆਪਣੇ ਪੰਜਾਬੀ ਕੋਜ਼ਿਜ਼ ਹੈਗੇ ਉਸ ਪਾਸੇ ਲੱਗੀ ਹੋਈ ਹੈ। ਸਭ ਤੋਂ ਉਹਨਾਂ ਤੋਂ ਇੰਪੋਰਟੈਂਟ ਜੋ ਹੈਗਾ ਇੱਥੇ ਦਾ ਗੁਰੂ ਘਰ ਜੋ ਸਭ ਤੋਂ ਪਹਿਲਾਂ ਬਣਿਆ ਸੀ ਉਹਦੀ ਇਸਟੈਬਲਿਸ਼ਮੈਂਟ ਵਿੱਚ ਤੁਹਾਡਾ ਹੱਥ ਸੀਗਾ। ਜਦੋਂ ਆਪਾਂ ਗੱਲ ਕਰਦੇ ਹਾਂ ਸਿੱਖੀ ਦੀ ਅਤੇ ਸਿੱਖੀ ਦੇ ਨਾਲ ਆਪਣੀ ਅਗਲੀ ਪੀੜ੍ਹੀ ਨੂੰ ਜੋੜਨ ਦੀ ਗੱਲ, ਭਾਵੇਂ ਉਹ ਪੰਜਾਬ ਵਿੱਚ ਬੱਚੇ ਹੋਣ, ਪਿੰਡਾਂ ਦੇ ਹੋਣ, ਸ਼ਹਿਰਾਂ ਦੇ ਹੋਣ, ਜਾਂ ਜੋ ਇੱਥੇ ਆਪਣੀ ਜਨਰੇਸ਼ਨ ਜੰਮੀ ਪੱਲੀ ਹੈ, ਇੱਥੇ ਦੇ ਬੱਚੇ ਜੋ ਬੜੇ ਹੋ ਰਹੇ ਹੈ, ਉਹਨਾਂ ਲਈ ਤੁਹਾਡੇ ਖਿਆਲ 'ਚ ਕੀ ਵੈਲਿਊ ਹੈ ਜੋ ਆਪਣੀ ਸਿੱਖ ਹਿਸਟਰੀ ਹੈ, ਜੋ ਆਪਣੀ ਸਿੱਖ ਰਿਲੀਜੀਅਸ ਐਜੂਕੇਸ਼ਨ ਹੈ ਉਹਦੀ? ਇੱਥੇ ਮੈਂ ਸ਼ਿਕਾਗੋ ਦੀ ਗੱਲ ਕਰਦਾ, ਬੈਸਟ ਚੀਜ਼ ਤਾਂ ਹੋਵੇ ਕਿ ਇੱਥੇ ਇਹਨਾਂ ਦੀ ਜਿਸ ਤਰ੍ਹਾਂ ਅਕਾਲ ਅਕੈਡਮੀ ਹੈ ਨਾ, ਇਸ ਤਰ੍ਹਾਂ ਦਾ ਸਕੂਲ ਹੋਣਾ ਚਾਹੀਦਾ ਬੱਚਿਆਂ ਲਈ। ਪਰ ਸ਼ਿਕਾਗੋ 'ਚ ਜਿਹੜੀ ਸਿੱਖ ਪਾਪੂਲੇਸ਼ਨ ਹੈਗੀ ਹੈ ਉਹ ਸਕੈਟਰਡ ਆ ਆਲ ਓਵਰ, ਮਤਲਬ ਐਸਾ ਨਹੀਂ ਹੈ ਵੀ ਇੱਕ ਸਵਰ ਵਿੱਚ ਇਕੱਠੀ ਹੋਵੇ। ਸੋ ਅਕਾਲ ਅਕੈਡਮੀ ਟਾਈਪ ਸਕੂਲ ਤਾਂ ਬਣਨਾ ਬਹੁਤ ਔਖਾ ਹੈਗਾ। ਬੈਸਟ ਥਿੰਗ ਤਾਂ ਇਹੀ ਹੈ ਵੀ ਜਿਸ ਤਰ੍ਹਾਂ ਹੁਣ ਸੰਡੇ ਸਕੂਲ ਹੋਵੇ ਗੁਰਦੁਆਰੇ 'ਚ, ਉਸ ਨੂੰ ਚੰਗੀ ਤਰ੍ਹਾਂ ਐਕਸਪੈਂਡ ਕੀਤਾ ਜਾਵੇ। ਹੁਣ ਸੰਡੇ ਨੂੰ ਬੱਚੇ ਆਉਂਦੇ ਨੇ ਸੰਡੇ ਸਕੂਲ 'ਚ, ਉਹ ਹਫ਼ਤੇ 'ਚ 2-3 ਦਿਨ ਹੋਣਾ ਈਵਨਿੰਗ 'ਚ ਹੋਵੇ, ਇਸ ਤਰ੍ਹਾਂ ਬੱਚੇ ਜ਼ਿਆਦਾ ਆਪਣੀ ਸਿੱਖੀ ਨਾਲ ਜ਼ਿਆਦਾ ਜੁੜਨਗੇ ਜੀ। ਪਰ ਡਿਫੀਕਲਟ ਇਹ ਹੈ ਕਿ ਇੱਥੇ ਅਕਾਲ ਅਕੈਡਮੀ ਟਾਈਪ ਸਕੂਲ ਖੋਲ੍ਹਣਾ ਸ਼ਿਕਾਗੋ 'ਚ ਡਿਫੀਕਲਟ ਹੈ ਜੀ। ਅਤੇ ਜੋ ਬੜੂ ਸਾਹਿਬ ਦੇ ਪ੍ਰੋਗਰਾਮਸ ਬੱਚਿਆਂ ਲਈ ਇਸ ਟਾਈਮ ਐਗਜ਼ਿਸਟ ਕਰਦੇ ਹੈ ਕਿ ਤੁਸੀਂ ਆਪਣੇ ਬੱਚੇ ਜੋ ਭਾਵੇਂ US, ਕੈਨੇਡਾ, UK ਕਹਿ ਲਓ ਇੱਥੇ ਪੜ੍ਹਦੇ ਹੈ, ਉਹਨਾਂ ਲਈ ਜੋ ਸਮਰ ਕੈਂਪ ਲੱਗਦੇ ਹੈ ਉਹਨਾਂ ਦੇ ਬਾਰੇ ਤੁਹਾਡਾ ਕੀ ਖਿਆਲ ਹੈ?
ਸਮਰ ਕੈਂਪ ਜਿਹੜਾ ਹੈ ਬੜੂ ਸਾਹਿਬ 'ਚ ਐਵਰੀ ਈਅਰ ਲੱਗਦਾ, ਔਰ ਯੂ ਐੱਸ ਏ, ਕੈਨੇਡਾ ਅਤੇ ਹੋਰ ਵੀ ਇੰਗਲੈਂਡ ਵਗੈਰਾ ਦੇ ਬੱਚੇ ਵੀ ਜਾਂਦੇ ਨੇ। ਇਹ ਬੈਸਟ ਹੈ ਕਿ ਆਪਾਂ ਜੋ ਬੱਚੇ, ਖੈਰ ਜਿਹੜੇ ਬੜੂ ਸਾਹਿਬ ਤੋਂ ਪੜ੍ਹੇ ਹੈਗੇ ਆ ਉਹ ਤਾਂ ਠੀਕ ਹੈ, ਆਪਾਂ ਵੀ ਆਪਣੇ ਬੱਚੇ ਨਾ ਉਸ ਕੈਂਪਾਂ 'ਚ ਭੇਜਿਆ ਜਾਏ, ਅਤੇ ਉਹ ਜੋ ਉਹਨਾਂ ਦਾ ਪ੍ਰੋਗਰਾਮ ਹੈਗਾ ਕੈਂਪ 'ਚ, ਉਸ ਦੇ ਵਿੱਚ ਉਹ ਜਾਣਗੇ ਤਾਂ ਕਾਫੀ ਮਤਲਬ ਸਿੱਖੀ ਬਾਰੇ ਉਹਨਾਂ ਨੂੰ ਪਤਾ ਲੱਗੂਗਾ, ਸਿੱਖੀ ਨਾਲ ਜੁੜਨਗੇ ਜ਼ਰੂਰ, ਡੈਫੀਨੇਟਲੀ ਜੀ। ਅਤੇ ਤੁਹਾਡੀ ਆਪਣੀ ਬੈਕਗਰਾਊਂਡ, ਤੁਸੀਂ ਮਕੈਨੀਕਲ ਇੰਜੀਨੀਅਰ ਰਹੇ ਹੋ, ਤੁਸੀਂ ਇੰਡੀਆ ਤੋਂ ਵੀ ਅਤੇ ਇੱਥੋਂ ਵੀ ਆਪਣੀ ਐਜੂਕੇਸ਼ਨ ਲਿੱਤੀ ਹੈ ਇਸ ਫੀਲਡ ਵਿੱਚ, ਤੁਹਾਡਾ ਕੀ ਓਪੀਨੀਅਨ ਹੈ ਕਿ ਐਜੂਕੇਸ਼ਨ ਕੀ ਰੋਲ ਪਲੇ ਕਰਦੀ ਹੈ ਇੱਕ ਇੰਡੀਵਿਜੂਅਲ ਦੇ ਸਕਸੈਸ ਲਈ, ਭਾਵੇਂ ਉਹ ਕਿਸੇ ਵੀ ਥਾਂ 'ਤੇ ਓਪਰਚੁਨਿਟੀਜ਼ ਲੱਭ ਰਿਹਾ ਹੋਏ, ਭਾਵੇਂ ਇੰਡੀਆ ਹੋਏ, ਯੂ ਐੱਸ ਏ ਹੋਏ, ਐਨੀਵੇਅਰ, ਤੁਹਾਡੇ ਓਪੀਨੀਅਨ ਵਿੱਚ ਵਟ ਰੋਲ ਡਿਸ ਐਜੂਕੇਸ਼ਨ ਪਲੇ? ਦੁਨਿਆਵੀ ਐਜੂਕੇਸ਼ਨ ਜਿਹੜੀ ਹੈਗੀ ਹੈ, ਖੈਰ ਉਹ ਤਾਂ ਤੁਹਾਨੂੰ ਰੋਟੀ ਕਮਾਉਣ ਦੇ ਕੰਮ 'ਚ ਆਉਂਦੀ, ਡੈਫੀਨੇਟਲੀ ਤੁਹਾਨੂੰ ਆਉਂਦੀ ਹੈ, ਚੰਗੀ ਐਜੂਕੇਸ਼ਨ ਹੈ ਜੋ ਬੜੂ ਸਾਹਿਬ ਉਹ ਐਜੂਕੇਸ਼ਨ ਦੇ ਰਹੇ ਨੇ। ਦੂਜੀ ਜਿਹੜੀ ਹੈ ਸਿੱਖੀ ਨਾਲ ਜੋੜਦੇ ਨੇ, ਆਈ ਮੀਨ ਜਿਸ ਇੰਨਾ ਰਿਲੀਜੀਅਸ ਐਜੂਕੇਸ਼ਨ ਤੁਹਾਨੂੰ ਮਿਲ ਜਾਂਦੀ ਹੈ, ਜੋ ਬੱਚੇ ਸਿੱਖੀ ਨਾਲ ਜੁੜੇ ਹੋਏ ਨੇ ਉਹ ਮੇਰਾ ਖਿਆਲ ਨਹੀਂ ਜਦੋਂ ਕੋ ਮਾੜਾ ਕੰਮ ਕਰਨਗੇ, ਕਦੇ ਕਰਨਗੇ, ਉਹ ਕੋਈ ਕੰਮ ਕਰਨ ਲਈ ਉਹਨਾਂ ਪਹਿਲਾਂ ਸੋਚਣਗੇ ਵੀ ਮੈਨੂੰ ਚਾਹੀਦਾ ਹੈ। ਔਰ ਜੋ ਬੱਚੇ ਸਿੱਖੀ ਨਾਲ ਜੁੜੇ ਹੋਏ ਨੇ ਉਹ ਮੇਰੇ ਖਿਆਲ ਨਹੀਂ ਕਿ ਉਹ ਕਦੇ ਮਾੜੇ ਕੰਮਾਂ 'ਚ ਪੈਣਗੇ, ਔਰ ਸਪੈਸ਼ਲੀ ਜਿਹੜੇ ਬੜੂ ਸਾਹਿਬ ਦੇ ਪੜ੍ਹੇ ਹੋਏ ਬੱਚੇ ਨੇ ਜੀ। ਐਂਡ ਜਿਸ ਤਰ੍ਹਾਂ ਦੀ ਕੰਬਾਈਂਡ ਐਜੂਕੇਸ਼ਨ ਬੜੂ ਸਾਹਿਬ ਪ੍ਰੋਵਾਈਡ ਕਰਦਾ ਹੈ, ਜਿੱਦਾਂ ਤੁਸੀਂ ਕਿਹਾ ਦੁਨਿਆਵੀ ਐਜੂਕੇਸ਼ਨ ਵੀ ਅਤੇ ਧਾਰਮਿਕ ਵੀ ਤੁਹਾਨੂੰ ਉੱਥੇ ਮਿਲਦੀ ਹੈ, ਉਹ ਕੰਬੀਨੇਸ਼ਨ ਕਿਸ ਤਰ੍ਹਾਂ ਦੀ ਐਡਵਾਂਟੇਜ ਦਿੰਦੀ ਹੈ ਇਨ ਬੱਚਿਆਂ ਨੂੰ? ਰਿਲੀਜੀਅਸ ਜਦੋਂ ਐਜੂਕੇਸ਼ਨ ਮਿਲਦੀ ਹੈ ਨਾ ਚੰਗੀ, ਤਾਂ ਬੱਚੇ ਦੀ ਮਤਲਬ ਥਿੰਕਿੰਗ ਹੀ ਚੇਂਜ ਹੋ ਜਾਂਦੀ ਹੈ ਬਹੁਤ। ਉਹ ਇੱਕ ਤਾਂ ਮਾੜੇ ਕੰਮਾਂ ਕਰ ਨਹੀਂ ਕਰੇਗਾ ਕਦੇ, ਔਰ ਦੂਸਰਾ ਬੱਚਾ ਹਾਰਡ ਵਰਕਿੰਗ ਡੈਫੀਨੇਟਲੀ ਹੋਏਗਾ ਜੋ ਉਹਨਾਂ ਨੂੰ ਐਜੂਕੇਸ਼ਨ ਉੱਥੇ ਮਿਲਦੀ ਹੈਗੀ, ਦੱਸਿਆ ਜਾਂਦਾ ਹੈਗਾ। ਸੋ ਕਾਫੀ ਬੱਚੇ ਜਿਹੜੇ ਉੱਥੋਂ ਪੜ੍ਹ ਕੇ ਆਏ ਨੇ, ਮੇਰਾ ਖਿਆਲ ਹੈ ਕਿ ਉਹ ਆਪਣੀ ਲਾਈਫ ਵਿੱਚ ਕਾਫੀ ਸਕਸੈਸਫੁਲ ਰਹਿਣਗੇ। ਤੁਹਾਡੇ ਨੌਲੇਜ ਵਿੱਚ ਜੋ ਦੁਨਿਆਵੀ ਐਜੂਕੇਸ਼ਨ ਦੇ ਇਹਨਾਂ ਨੇ ਸਟੈਂਡਰਡਸ ਰੱਖੇ ਹੋਏ, ਤੁਸੀਂ ਥੋੜ੍ਹੀ ਦੇਰ ਪਹਿਲੇ ਕਿਹਾ ਸਾਨੂੰ, ਦੱਸ ਰਹੇ ਸੀ ਕਿ ਉੱਥੇ ਦੇ ਜੋ ਸਕੂਲਸ ਹੈ ਉਹਨਾਂ ਦੇ ਬੱਚੇ ਟੋਪਰਸ ਹੈ ਆਪਣੇ ਡਿਫਰੈਂਟ ਡਿਫਰੈਂਟ ਸਬਜੈਕਟਸ ਵਿੱਚ, ਥੋੜ੍ਹਾ ਜਿਹਾ ਸਾਨੂੰ ਦੱਸੋ ਇਨ ਯੋਰ ਨੌਲੇਜ ਜੋ ਇਹਨਾਂ ਨੇ ਜੋ ਦੁਨਿਆਵੀ ਐਜੂਕੇਸ਼ਨ ਹੈ ਉਹਦਾ ਕੀ ਸਟੈਂਡਰਡ ਸੈੱਟ ਕੀਤਾ ਬੜੂ ਸਾਹਿਬ ਵਿੱਚ? ਜਿਹੜੇ ਬੱਚੇ ਹੁਣ ਉੱਥੇ ਹਾਈ ਸਕੂਲ ਕਰ ਰਹੇ ਨੇ, ਤੁਸੀਂ ਰਿਜ਼ਲਟ ਦੇਖੋ, ਮੇਰੇ ਖਿਆਲ 5 ਜਾਂ 6 ਅਕੈਡਮੀਆਂ ਵਿੱਚ ਤਾਂ ਉਹਨਾਂ ਟੋਪ ਕੀਤੇ ਨੇ ਆਪਣੇ ਡਿਸਟ੍ਰਿਕਟ ਦੇ ਵਿੱਚੋਂ, ਬਹੁਤ ਅੱਛੇ ਰਿਜ਼ਲਟ ਆ ਰਹੇ ਨੇ। ਔਰ ਜੋ ਮੈਂ ਪਹਿਲਾਂ ਵੀ ਕਿਹਾ ਸੀ, ਪੇਂਡੂ ਬੱਚਿਆਂ ਕੋਲੋਂ ਇੰਨਾ ਐਕਸਪੈਕਟਡ ਨਹੀਂ ਸੀ, ਉਹ ਸਿਰਫ ਬੜੂ ਸਾਹਿਬ ਦੀਆਂ ਅਕੈਡਮੀਆਂ ਕਰਕੇ ਹੀ ਉਹ ਬੱਚੇ ਮਿਹਨਤੀ ਹੋਏ ਨੇ ਅਤੇ ਔਰ ਇੰਨਾ ਚੰਗਾ ਰਿਜ਼ਲਟ ਲਿਆ ਰਹੇ ਨੇ। ਅਤੇ ਗੁਰਚਰਨ ਜੀ, ਯੂ ਐੱਸ ਏ ਵਿੱਚ ਤੁਸੀਂ ਆਲਮੋਸਟ ਹਾਫ ਅ ਸੈਂਚਰੀ ਇੱਥੇ ਆਪਣੀ ਬਿਤਾਤੀ, ਇੱਥੇ ਤਾਂ ਐਜੂਕੇਸ਼ਨ ਇਜ਼ ਮੈਂਡੇਟੋਰੀ, ਹਰ ਇੱਕ ਬੱਚੇ ਨੂੰ ਸਕੂਲ ਵਿੱਚ ਤੁਹਾਨੂੰ ਸੈਂਡ ਕਰਨਾ ਹੀ ਪੈਂਦਾ ਹੈ, ਰਾਈਟ? ਇਟਸ ਅਗੇਂਸਟ ਦ ਲਾਅ ਇਫ ਯੂ ਡੋਂਟ ਸੈਂਡ ਯੂਰ ਚਾਈਲਡ ਟੂ ਸਕੂਲ। ਇੰਡੀਆ ਵਿੱਚ ਇਸ ਤਰ੍ਹਾਂ ਦੀ ਪ੍ਰੋਵਿਜ਼ਨਸ ਇੰਨੇ ਮੈਂਡੇਟਿਡ ਜਾਂ ਇੰਨੇ ਇਨਫੋਰਸਡ ਨਹੀਂ ਹੈਗੇ ਐਟ ਦਿਸ ਟਾਈਮ, ਅਤੇ ਇਨ ਦ ਐਬਸੈਂਸ ਆਫ ਗਵਰਨਮੈਂਟ ਮੈਂਡੇਟ ਜਾਂ ਗਵਰਨਮੈਂਟ ਫੈਸਿਲਿਟੀਜ਼ ਜੋ ਸਾਰੇ ਸਿਟੀਜ਼ਨਸ ਨੂੰ, ਬੱਚਿਆਂ ਨੂੰ ਐਜੂਕੇਸ਼ਨ ਇੱਕ ਲੈਵਲ ਦੀ ਪ੍ਰੋਵਾਈਡ ਕਰ ਸਕੇ, ਜੋ ਆਪਣੀ ਕਮਿਊਨਿਟੀ ਰਲ ਕੇ ਕਰ ਸਕਦੀ ਹੈ, ਵੈਦਰ ਇਟਸ ਥਰੂ ਬੜੂ ਸਾਹਿਬ ਜਾਂ ਹੋਰ ਵੀ ਕਿਸੇ ਔਰਗਨਾਈਜੇਸ਼ਨ, ਉਹਨਾਂ ਦੀ ਕੀ ਓਬਲੀਗੇਸ਼ਨ ਬਣਦੀ ਹੈ ਇਨ ਬੱਚਿਆਂ ਨੂੰ ਇਹ ਚੀਜ਼ ਪ੍ਰੋਵਾਈਡ ਕਰਨੀ? ਸਪੈਸ਼ਲੀ ਜੋ ਆਪਣੇ ਬਾਹਰ ਆ ਗਏ ਨੇ ਇਮੀਗ੍ਰੈਂਟਸ, ਠੀਕ ਹੈ ਪਹਿਲਾਂ ਮਿਹਨਤ ਕਰਨੀ ਪਈ, ਔਰ ਮੋਸਟਲੀ ਹੁਣ 50-60 ਸਾਲ ਹੋ ਗਏ ਨੇ, ਆਪਣੀ ਕਮਿਊਨਿਟੀ ਹੁਣ ਡੇ ਬਾਈ ਡੇ ਫਾਈਨੈਂਸ਼ਲੀ ਬੜੀ ਤਕੜੀ ਕਮਿਊਨਿਟੀ ਬਣ ਰਹੀ ਹੈਗੀ ਹੈ। ਸੋ ਆਪਾਂ ਨੂੰ ਇਸ ਚਾਹੀਦਾ ਹੈ
ਕਿ ਬੜੂ ਸਾਹਿਬ ਨੂੰ ਜਿੰਨਾ ਫਾਈਨੈਂਸ਼ੀਅਲ ਸਪੋਰਟ ਕਰ ਸਕਦੇ ਹਾਂ ਆਪਾਂ ਕਰੀਏ, ਅਤੇ ਉਹ ਹੋਰ ਅਕੈਡਮੀ ਹਾਲੇ ਖੋਲ੍ਹਣੀਆਂ ਹੈਗੀਆਂ। ਸੋ ਇਹ ਬਹੁਤ ਚੰਗਾ ਹੋਊਗਾ ਕਿ ਹੋਰ ਅਕੈਡਮੀਆਂ ਖੋਲ੍ਹਣ, ਔਰ ਉਹਨੂੰ ਪੈਸੇ ਦੀ ਬਹੁਤ ਜ਼ਰੂਰਤ ਹੈ, ਅਤੇ ਆਪਾਂ ਨੂੰ ਵੀ ਚਾਹੀਦਾ ਹੈ ਕਿ ਆਪਾਂ ਵੀ ਹੁਣ ਠੀਕ ਹੈ, ਆਪਾਂ ਕਾਫੀ ਸੈੱਟ ਹੋ ਗਏ ਹਾਂ ਇੱਥੇ, ਆਪਾਂ ਨੂੰ ਵੀ ਬੜੂ ਸਾਹਿਬ ਦੀ ਜਿੰਨੀ ਹੈਲਪ ਕਰਨੀ ਚਾਹੀਦੀ ਹੈ ਕਰਨੀ ਚਾਹੀਦੀ ਹੈ। ਐਂਡ ਜਦੋਂ ਤੁਸੀਂ ਕਹਿੰਦੇ ਹੋ ਕਿ ਕਮਿਊਨਿਟੀ ਦੀ ਰਿਸਪੋਂਸੀਬਿਲਿਟੀ ਬਣਦੀ ਹੈ ਹੈਲਪ ਕਰਨਾ, ਭਾਵੇਂ ਉਹ ਪੰਜਾਬ ਦੀ ਹੋਏ, ਪੰਜਾਬ ਦੀ ਬੱਚਿਆਂ ਦੀ ਹੋਏ, ਰਾਈਟ, ਤੁਹਾਡੇ ਖਿਆਲ 'ਚ ਇਸ ਤਰ੍ਹਾਂ ਦੀ ਹੈਲਪ ਜੋ ਇਹ ਔਰਗਨਾਈਜੇਸ਼ਨ ਹੈ ਬੜੂ ਸਾਹਿਬ ਅਕਾਲ ਅਕੈਡਮੀ, ਇਸ ਔਰਗਨਾਈਜੇਸ਼ਨ ਦੀ ਸਪੋਰਟ ਕਰਕੇ ਉਹ ਪੰਜਾਬ ਲਈ ਕੀ ਕਰ ਸਕਦੇ ਆ? ਨੈਚੁਰਲੀ ਹੁਣ ਜੋ ਪੰਜਾਬ ਦਾ ਇਹ ਹਾਲ ਹੈ, ਜੋ ਆਫਿਸਰ ਆ ਰਹੇ ਨੇ ਉਹ ਮੋਸਟਲੀ ਦੂਜੀ ਸਟੇਟਾਂ ਦੇ ਆਫਿਸਰ ਉੱਥੇ ਪੰਜਾਬ 'ਚ ਆ ਰਹੇ ਨੇ, ਕਿਉਂਕਿ ਉਹਨਾਂ ਨੂੰ ਆਪਣੇ ਬੱਚੇ ਮਿਲ ਨਹੀਂ ਰਹੇ। ਆਪਣੇ ਬੱਚੇ ਹੁਣ ਜਦੋਂ ਮੈਂ 63 ਵਿੱਚ ਆਰਮੀ 'ਚ ਅਕੈਡਮੀ 'ਚ ਗਿਆ, IMA ਦੇਹਰਾਦੂਨ, ਅਸੀਂ ਇੱਕ ਬੈਚ ਵਿੱਚ ਕੋਈ 450 ਦੇ ਨੇੜੇ ਦੇ ਜੈਂਟਲਮੈਨ ਕੈਡਿਟ ਹੁੰਦੇ ਸੀ। ਜਦੋਂ ਉਹਨਾਂ ਨੂੰ ਫਿਰ ਪਾਸਿੰਗ ਆਊਟ ਤੋਂ ਬਾਅਦ ਕਮਿਸ਼ਨ ਮਿਲਦਾ ਸੀ, ਅਸੀਂ ਅਬਾਊਟ 20% ਸਿੱਖ ਹੁੰਦੇ ਸੀਗੇ। ਅੱਛਾ ਜੀ। ਔਰ 20% ਸਿੱਖ, ਔਰ ਮੋਸਟਲੀ ਜਿਹੜੇ ਸਾਡੇ ਆਫਿਸਰ ਹੁੰਦੇ ਸੀ ਮੋਸਟਲੀ ਸਿੱਖ ਹੁੰਦੇ ਸੀ, ਜ਼ਿਆਦਾ ਪਗੜੀਆਂ ਵਾਲੇ ਹੁੰਦੇ ਸੀ। ਪਰ ਹੁਣ ਮੈਂ ਦੇਖਦਾ, ਔਰ ਮੈਨੂੰ ਸੱਚੀ ਦੁੱਖ ਵੀ ਹੁੰਦਾ ਕਿ ਹੁਣ ਜਿਹੜੀ ਹੁਣ ਜੂਨ ਇਸ ਵਕਤ 19 'ਚ ਪਾਸਿੰਗ ਆਊਟ ਪਰੇਡ IMA 'ਚ ਹੋਈ ਹੈ, ਮੈਂ ਪਾਸਿੰਗ ਆਊਟ ਪਰੇਡ 'ਚ ਗਿਣਿਆ ਸਿਰਫ 4 ਪਗੜੀਆਂ ਵਾਲੇ ਸੀਗੇ। ਦੇਖ ਕੇ ਦੁੱਖ ਤਾਂ ਹੁੰਦਾ ਵੀ ਆਪਾਂ ਆਪਣੀ ਕਮਿਊਨਿਟੀ ਕਿੱਧਰ ਜਾ ਰਹੀ ਆ। ਹੁਣ ਬਾਹਰ ਵੀ ਇੰਨੇ ਆ ਨਹੀਂ ਸਕਦੇ, ਇੰਨੇ ਮਜੋਰਟੀ ਤਾਂ ਆਪਣਾ ਪੰਜਾਬ 'ਚ ਰਹਿਣਾ। ਤੋ ਆਪਾਂ ਨੂੰ ਬੈਸਟ ਚਾਹੀਦਾ ਹੈਗਾ ਕਿ ਆਪਾਂ ਬੜੂ ਸਾਹਿਬ ਦੀ ਸੰਸਥਾ ਨੂੰ ਹੈਲਪ ਕਰੀਏ, ਉਹ ਹੋਰ ਅਕੈਡਮੀਆਂ ਖੋਲ੍ਹਣ ਅਤੇ ਉਹ ਚੰਗੀ ਐਜੂਕੇਸ਼ਨ ਦੇਣ, ਔਰ ਮੋਸਟਲੀ ਉਹ ਪਿੰਡਾਂ ਦੇ ਬੱਚੇ ਨੇ, ਔਰ ਫਿਰ ਟਾਈਮ ਆਊਗਾ ਕਿ ਜਿਸ ਤਰ੍ਹਾਂ ਪਹਿਲਾਂ ਸਿੱਖਾਂ ਦੀ ਹਾਲਤ ਸੀ ਪੰਜਾਬ ਦੇ ਵਿੱਚ ਜੋਬਸ ਦੇ ਵਿੱਚ ਜਾਂ ਹੋਰ ਚੰਗੀ ਚੰਗੀ ਜਗ੍ਹਾ 'ਤੇ, ਉਹ ਫਿਰ ਸਿੱਖ ਆਪਣੇ ਉੱਥੇ ਹੀ ਆ ਜਾਣਗੇ ਜੀ। ਅਤੇ ਇੱਥੇ ਗੁਰਚਰਨ ਜੀ, ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲਈ ਪੌਜ਼ ਕਰਦੇ ਹਾਂ। ਬ੍ਰੇਕ ਤੋਂ ਬਾਅਦ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗੀ ਕਿ ਜੋ ਲੋਕ ਨੈਗੇਟਿਵ ਚੀਜ਼ਾਂ ਕਹਿੰਦੇ ਆ ਉਹਨਾਂ ਦੇ ਬਾਰੇ ਤੁਹਾਡੇ ਕੀ ਖਿਆਲ ਹੈ, ਬਟ ਇੱਥੇ ਆਪਾਂ ਰੁਕਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਲਈ, ਤੁਸੀਂ ਜੁੜੇ ਰਹੋ, ਵੀ ਵਿਲ ਬੀ ਰਾਈਟ ਬੈਕ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਵਿੱਚ ਦੁਨੀਆ ਸੇਵ ਕਮਾਈ ਹੈ ਅਤੇ ਗੱਲ ਹੋ ਰਹੀ ਹੈ ਗੁਰਚਰਨ ਜੀ ਨਾਲ। ਗੁਰਚਰਨ ਜੀ, ਬ੍ਰੇਕ ਤੋਂ ਪਹਿਲੇ ਆਪਾਂ ਗੱਲ ਕਰ ਰਹੇ ਸੀ ਕਿ ਪੰਜਾਬ ਕਿਸ ਲੈਵਲ 'ਤੇ ਹੁੰਦਾ ਸੀ ਇਨ ਟਰਮਸ ਆਫ ਕੁਆਲੀਫਾਈਡ ਕੈਂਡੀਡੇਟਸ, ਸਪੈਸ਼ਲੀ ਤੁਹਾਡਾ ਤਾਂ ਐਕਸਪੀਰੀਅੰਸ ਆਰਮੀ ਵਿੱਚ ਰਿਹਾ, ਤੁਸੀਂ ਤਾਂ ਖੁਦ ਵੇਖਿਆ ਉਸ ਟਾਈਮ 60s ਵਿੱਚ ਅਤੇ ਅੱਜ ਜਦੋਂ ਆਪਾਂ ਦੇਖਦੇ ਹਾਂ ਆਪਣੇ ਪੰਜਾਬ ਤੋਂ ਸਿੱਖ ਇਨਵੋਲਵਮੈਂਟ ਜਾਂ ਪ੍ਰੈਜੈਂਸ ਕਹਿ ਲਓ ਇਸ ਤਰ੍ਹਾਂ ਦੀ ਸਰਵਿਸ ਵਿੱਚ ਕਿਸ ਤਰ੍ਹਾਂ ਡਿਕਲਾਈਨ ਹੋਈ ਹੈ, ਰਾਈਟ? ਵੁੱਡ ਯੂ ਸੇ ਦੈਟ ਪ੍ਰੋਪਰ ਐਜੂਕੇਸ਼ਨ ਐਂਡ ਜੋ ਸਭ ਤੋਂ ਨੀਡੀਐਸਟ ਕੇਸਿਸ ਹੈਗੇ ਪੰਜਾਬ ਵਿੱਚ ਉਹਨਾਂ ਦੀ ਸਰਵਿਸ ਦੇ ਨਾਲ ਵੀ ਕੈਨ ਬਰਿੰਗ ਬੈਕ ਜੋ ਆਪਣੀ ਕਮਿਊਨਿਟੀ, ਆਪਣੀ ਕੌਮ ਉਸ ਟਾਈਮ ਸੀਗੀ ਤੁਹਾਡੇ ਜਿੱਦਾਂ ਤੁਸੀਂ ਐਕਸਪੀਰੀਅੰਸ ਕੀਤਾ 60s ਵਿੱਚ, ਉਸ ਲੈਵਲ 'ਤੇ ਆਪਾਂ ਲੈ ਕੇ ਆ ਸਕਦੇ ਹਾਂ ਵਾਪਸ? ਜੇ ਆਪਣੇ ਪੇਂਡੂ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਮਿਲੇਗੀ, ਜੋ ਹੁਣ ਹੈ ਨਹੀਂ, ਪਿੰਡਾਂ ਵਿੱਚ ਹੁਣ ਮੋਸਟਲੀ ਗੌਰਮੈਂਟ ਸਕੂਲ ਹੈਗੇ ਨੇ, ਔਰ ਤੁਸੀਂ ਦੇਖੋ TV 'ਤੇ ਆਉਂਦੇ ਨੇ ਸਕੂਲਾਂ ਦੀ ਹਾਲਤ, ਟੁੱਟੀਆਂ ਹੋਈਆਂ ਬਿਲਡਿੰਗਾਂ, ਟੀਚਰ ਪੂਰੇ ਹੈ ਨਹੀਂ। ਸੋ ਉਹਨਾਂ ਦਾ ਐਜੂਕੇਸ਼ਨ ਵਿਚਾਰਿਆਂ ਨੂੰ, ਬੱਚਿਆਂ ਨੂੰ ਆਪਣੇ ਪਿੰਡਾਂ ਨੂੰ ਕਿੱਥੇ ਮਿਲਣੀ ਹੈ ਚੰਗੀ ਐਜੂਕੇਸ਼ਨ? ਜੋ ਇਹ ਕਮੀ ਬੜੂ ਸਾਹਿਬ ਅਕੈਡਮੀ ਚੰਗੀ ਤਰ੍ਹਾਂ ਪੂਰੀਆਂ ਕਰ ਸਕਦੇ ਨੇ। ਮੈਂ ਤੁਹਾਨੂੰ ਦੱਸਦਾ, ਮੈਂ ਜਿਹੜਾ ਆਰਮੀ ਸੀਗਾ, ਮੈਂ 65 ਵਾਰ ਦੀ ਗੱਲ ਕਰ ਰਿਹਾ, 65 ਦੀ ਵਾਰ ਮੋਸਟਲੀ ਪੰਜਾਬ 'ਚ ਜ਼ਿਆਦਾ ਲੜੀ ਗਈ ਸੀਗੀ, ਔਰ 65 ਦੀ ਵਾਰ ਵਿੱਚ ਜਨਰਲ ਹਰਬਖਸ਼ ਸਿੰਘ ਵਰਗੇ ਜਰਨੈਲ ਆਪਣੀ ਕਮਿਊਨਿਟੀ ਫਿਰ ਪੈਦਾ ਕਰ ਸਕਦੀ ਹੈ। ਸ਼ਾਇਦ
ਬਹੁਤ ਉਹਨੂੰ ਪਤਾ ਨਹੀਂ ਹੋਏਗਾ। ਜਨਰਲ ਹਰਬਖਸ਼ ਸਿੰਘ ਐਸੇ ਡੈਡੀਕੇਟਿਡ ਔਰ ਹਾਰਡ ਵਰਕਿੰਗ ਅਫਸਰ ਹੋਏ ਨੇ ਇੰਡੀਅਨ ਆਰਮੀ 'ਚ, ਜਿਨ੍ਹਾਂ ਨੇ ਐਸ ਲੈਫਟੀਨੈਂਟ ਕਰਨਲ 47 ਵਿੱਚ ਕਸ਼ਮੀਰ ਨੂੰ ਬਚਾਉਣ ਵਾਲੇ ਉਹ ਹਰਬਖਸ਼ ਸਿੰਘ ਹੋਣੀ ਹੁੰਦੇ ਸੀ। ਉਹਨਾਂ ਨੇ ਕਸ਼ਮੀਰ ਨੂੰ ਬਚਾਇਆ। ਸ਼੍ਰੀਨਗਰ ਜਾਂ ਪਾਕਿਸਤਾਨੀ ਫੋਰਸਿਸ ਸ਼੍ਰੀਨਗਰ ਤੋਂ ਸਿਰਫ 7 ਮੀਲ ਦੂਰ ਰਹਿ ਗਈਆਂ ਸੀਗੀਆਂ, ਔਰ ਜਨਰਲ ਕਰਨਲ ਹਰਬਖਸ਼ ਸਿੰਘ ਸੀਗੇ ਉਸ ਵਕਤ ਗਏ, ਉਹਨਾਂ ਨੇ ਪਿੱਛੇ ਭਜਾਏ, ਉਹ ਤੋਂ ਬਾਅਦ ਫਿਰ ਨੇੜੇ ਨਹੀਂ ਆਉਣ ਦਿੱਤੇ। ਸੇਮ 65 ਦੀ ਲੜਾਈ ਦੇ ਵਿੱਚ ਖੇਮਖੰਡ ਦੇ ਵਿੱਚ ਜਨਰਲ ਹਰਬਖਸ਼ ਸਿੰਘ ਉਸ ਵਕਤ ਆਰਮੀ ਕਮਾਂਡਰ ਸੀ। ਜੋ ਲੜਾਈ 65 ਦੀ ਲੜੀ ਗਈ ਹੈ ਉਹ ਸਿਰਫ ਜਨਰਲ ਹਰਬਖਸ਼ ਸਿੰਘ ਦੇ ਅਧਿਕਾਰ ਦੇ ਅੰਡਰ ਇਹ ਲੜੀ ਗਈ ਹੈ, ਬਾਕੀ ਹੋਰ ਕਿਤੇ ਲੜਾਈ ਲਈ J&K ਅਤੇ ਪੰਜਾਬ 'ਚ ਲੜਾਈ ਲੜੀ ਗਈ ਹੈ। ਖੇਮ ਕਰਨ ਦੇ ਵਿੱਚ ਪਾਕਿਸਤਾਨ ਨੇ ਇੱਕ ਆਮਨ ਡਿਵੀਜ਼ਨ, ਜਿਹੜਾ ਆਪਾਂ ਨੂੰ ਆਪਾਂ ਨੂੰ ਪਤਾ ਵੀ ਨਹੀਂ ਸੀ ਇੰਡੀਅਨ ਆਰਮੀ ਨੂੰ ਕਿ ਉਹਨਾਂ ਕੋਲ ਆਮਨ ਡਿਵੀਜ਼ਨ ਹੈ, ਉਹ ਇੱਕ ਇਨਫੈਂਟਰੀ ਡਿਵੀਜ਼ਨ ਲੈ ਕੇ ਅਟੈਕ ਕਰਕੇ ਖੇਮ ਕਰਨ ਵਿੱਚ ਕੋਈ ਪਹਿਲੇ ਦਿਨ 10-12 ਮੀਲ ਅੰਦਰ ਆ ਗਏ ਸੀ। ਅਤੇ ਜੇ ਜਨਰਲ ਹਰਬਖਸ਼ ਸਿੰਘ ਨਾ ਹੁੰਦੇ ਉੱਥੇ, ਜਨਰਲ ਹਰਬਖਸ਼ ਸਿੰਘ ਨੂੰ ਚੀਫ ਆਫ ਆਰਮੀ ਸਟਾਫ ਨੇ ਕਿਹਾ ਸੀਗਾ ਵੀ ਤੁਸੀਂ ਪਿੱਛੇ ਹਟ ਕੇ ਬਿਆਸ 'ਤੇ ਆ ਜਾਓ। ਜਨਰਲ ਹਰਬਖਸ਼ ਸਿੰਘ ਬੜੇ ਈਵਨ ਉਹਨਾਂ ਨੇ ਹਾਰਸ਼ ਵਰਡ ਵੀ ਜਰਨੈਲ ਨੂੰ ਚੀਫ ਨੂੰ ਬੋਲੇ, ਕਹਿੰਦੇ ਮੈਂ ਕਦੇ ਪਾਕਿਸਤਾਨ ਨੂੰ ਅੰਮ੍ਰਿਤਸਰ ਨਹੀਂ ਬਣਨ ਦੇਣਾ। ਅਤੇ ਉਸ ਟਾਈਮ ਤੋਂ ਲੈ ਕੇ ਅਗਰ ਆਪਾਂ ਅੱਜ ਦੀ ਗੱਲ ਕਰਦੇ ਹਾਂ, ਇਸ ਸਾਲ ਹੀ ਤੁਸੀਂ ਕੀ ਐਕਸਪੀਰੀਅੰਸ ਕੀਤਾ ਹੈ ਕਿ ਆਰਮੀ 'ਚ ਹੀ ਕਹਿ ਲਓ ਆਪਣੀ ਸਿੱਖ ਕੌਮ ਦੀ ਕਿਸ ਤਰ੍ਹਾਂ ਦੀ ਪ੍ਰੈਜੈਂਸ ਹੈ? ਹੁਣ ਤਾਂ ਆਲਮੋਸਟ ਹੈ ਹੀ ਨਹੀਂ, ਬਹੁਤ ਘੱਟ ਨੇ। ਹੁਣ ਆਪਣੇ ਜਿਹੜੇ ਬੱਚੇ ਨੇ ਔਰ ਮੋਸਟਲੀ ਉਹ ਚਾਹੁੰਦੇ ਨੇ ਅਸੀਂ ਬਾਹਰ ਚਲੇ ਜਾਈਏ। ਬਾਹਰ ਆ ਕੇ ਵੀ ਆਈ ਮੀਨ ਈਜ਼ੀ ਲਾਈਫ ਨਹੀਂ ਹੈ ਇਨੀਸ਼ਲੀ, ਬਹੁਤ ਹਾਰਡ ਵਰਕਿੰਗ ਕਰਨਾ ਚਾਹੁੰਦਾ। ਜੇ ਇਹੀ ਬੱਚਿਆਂ ਨੂੰ ਹਾਰਡ ਵਰਕ ਕਰਨਾ ਸਕੂਲ ਦੇ ਵਿੱਚ ਸਿਖਾਇਆ ਜਾਵੇ ਤਾਂ ਉੱਥੇ ਬੜੇ ਚੰਗੇ ਆਪਣੇ ਫਿਰ ਬੱਚੇ ਕਾਮਯਾਬ ਹੋ ਸਕਦੇ ਨੇ ਜੀ। ਅਤੇ ਗੁਰਚਰਨ ਜੀ, ਤੁਸੀਂ ਖੁਦ ਉੱਥੇ ਜਾ ਕੇ ਕੁਛ ਅਕੈਡਮੀਜ਼ ਨੂੰ ਵਿਜ਼ਿਟ ਕੀਤਾ ਹੈ, ਸਾਨੂੰ ਦੱਸੋ ਕਿ ਤੁਹਾਡਾ ਕੀ ਐਕਸਪੀਰੀਅੰਸ ਰਿਹਾ, ਕੀ ਤੁਸੀਂ ਵਿਟਨੈਸ ਕੀਤਾ ਉੱਥੇ ਜਾ ਕੇ? ਮੈਂ ਇੱਕ ਅਕੈਡਮੀ 'ਚ ਗਿਆ ਸੀ ਅਤੇ ਮੈਨੂੰ ਆਪਣੇ ਸਕੂਲ ਦੇ ਦਿਨ ਯਾਦ ਆ ਗਏ। ਜਦੋਂ ਸਕੂਲ ਸ਼ੁਰੂ ਹੁੰਦਾ ਸੀਗਾ, ਸ਼ਬਦ ਦਾ ਕੀਰਤਨ ਕਰਨਾ, ਅਰਦਾਸ ਕਰਨੀ, ਫਿਰ ਗੁਰਦੁਆਰੇ ਜਾਣਾ, ਫਿਰ ਪੜ੍ਹਾਈ ਸ਼ੁਰੂ ਕਰਨੀ। ਪਰ ਇਹ ਜਿਹੜਾ ਹੈ ਬੜੂ ਸਾਹਿਬ 'ਚ ਉਦੋਂ ਵੀ ਜ਼ਿਆਦਾ ਹੋ ਰਿਹਾ ਹੈਗਾ। ਉਹ ਤੋਂ ਬਾਅਦ ਫਿਰ ਚੰਗੇ ਟੀਚਰ ਨੇ ਅਕੈਡਮੀਆਂ 'ਚ, ਉਹ ਚੰਗੀ ਪੜ੍ਹਾਈ ਕਰਾ ਰਹੇ ਨੇ ਔਰ ਉੱਥੇ ਹੀ ਹੋਮਵਰਕ ਕਰਾ ਕੇ ਬੱਚਿਆਂ ਨੂੰ ਘਰ ਭੇਜਦੇ ਨੇ ਔਰ ਚੰਗੇ ਸਟੂਡੈਂਟ ਕ੍ਰੀਏਟ ਕਰ ਰਹੇ ਨੇ। ਆਈ ਐਮ ਸ਼ੋਰ ਕਿ ਜਦੋਂ ਬੱਚੇ ਆਪਣੇ ਪਿੰਡਾਂ ਦੇ ਬੱਚੇ ਅਕੈਡਮੀਆਂ ਪੂਰੀਆਂ ਹੋ ਗਈਆਂ, ਪਿੰਡਾਂ ਦੇ ਬੱਚੇ ਗ੍ਰੈਜੂਏਟ ਹੋਏ, ਉਹ ਚੰਗੇ ਚੰਗੀ ਫਿਰ ਗਾਂ ਹਾਇਰ ਐਜੂਕੇਸ਼ਨ ਲੈਣਗੇ ਔਰ ਚੰਗੀਆਂ ਪੁਜੀਸ਼ਨਾਂ 'ਤੇ ਪੰਜਾਬ 'ਚ ਬੈਠੇ ਬੈਠੇ ਪੰਜਾਬ 'ਚ ਆ ਜਾਣਗੇ। ਗੁਰਚਰਨ ਜੀ, ਤੁਹਾਡਾ ਸੰਬੰਧ ਇਸ ਔਰਗਨਾਈਜੇਸ਼ਨ ਨਾਲ 90s ਤੋਂ ਤੁਸੀਂ ਜੁੜੇ ਹੋਏ ਹੋ ਇਹਨਾਂ ਦੇ ਨਾਲ, ਤੁਹਾਡੇ ਐਕਸਪੀਰੀਅੰਸ ਵਿੱਚ ਜੋ ਇਹਨਾਂ ਦਾ ਮਿਸ਼ਨ, ਇਹਨਾਂ ਨੇ ਕਿਹਾ ਹੈ ਕਿ ਇਹ ਸਾਡਾ ਮਿਸ਼ਨ ਹੈ, ਆਪਾਂ ਪੰਜਾਬ ਵਿੱਚ ਇਹ ਚੇਂਜ ਲਾਉਣਾ ਹੈ, ਤੁਹਾਡੇ ਖਿਆਲ 'ਚ ਉਹ ਮਿਸ਼ਨ ਪੂਰਾ ਹੋ ਰਿਹਾ ਹੈ? ਜਿਸ ਤਰ੍ਹਾਂ ਅਕਾਲ ਅਕੈਡਮੀਆਂ 'ਚ ਪੜ੍ਹਾਈ ਹੋ ਰਹੀ ਹੈਗੀ ਆ, ਟਾਈਮ ਲੱਗੇਗਾ, ਬੱਚੇ ਜਦੋਂ ਐਜੂਕੇਸ਼ਨ ਕੰਪਲੀਟ ਕਰਨਗੇ ਫਿਰ ਕਾਲਜਾਂ ਜਾਣਗੇ ਔਰ ਚੰਗੀ ਚੰਗੀ ਪੁਜੀਸ਼ਨਾਂ 'ਤੇ ਡੈਫੀਨੇਟਲੀ ਲੱਗਣਗੇ। ਇਹ ਬੜੂ ਸਾਹਿਬ ਅਕੈਡਮੀਆਂ ਜਿਹੜੀਆਂ ਆਪਣੀ ਰਿਸਪੋਂਸੀਬਿਲਟੀ ਜੋ ਇਹਨਾਂ ਦੇ ਜ਼ਿੰਮੇ ਹੈ ਰਿਲੀਜੀਅਸ ਐਜੂਕੇਸ਼ਨ ਅਤੇ ਦੂਸਰੀ ਧਾਰਮਿਕ ਐਜੂਕੇਸ਼ਨ ਬੜੀ ਖੂਬ ਚੰਗੀ ਤਰ੍ਹਾਂ ਨਿਭਾ ਰਹੀਆਂ ਨੇ। ਪਰ ਸਾਨੂੰ ਵੀ ਚਾਹੀਦਾ, ਆਪਾਂ ਜੋ ਹੁਣ ਬਾਹਰ ਬੈਠੇ ਹਾਂ, ਆਪਣਾ ਜੋ ਬਾਬਾ ਜੀ ਨੇ ਕਿਹਾ ਵੀ ਜੋ ਦਸਵੰਧ ਹੈ, ਦਸਵੰਧ ਉਹ ਗੁਰੂ ਗੋਬਿੰਦ ਸਿੰਘ ਨੇ ਕਿਹਾ ਵੀ ਦਸਵੰਧ ਗੁਰੂ ਦੇ ਪੈਸੇ ਨੇ, ਤਾਂ ਸਾਨੂੰ ਵੀ ਡੈਫੀਨੇਟਲੀ ਆਪਣੀ ਦਸਵੰਧ ਜਿੰਨੀ ਆਪਾਂ ਕਰ ਸਕਦੇ ਹਾਂ ਜ਼ਿਆਦਾ ਤੋਂ ਜ਼ਿਆਦਾ ਬੜੂ ਸਾਹਿਬ ਅਕੈਡਮੀ ਨੂੰ ਭੇਜਣੀ ਚਾਹੀਦੀ ਹੈ। ਅਤੇ ਇਸ ਤਰ੍ਹਾਂ ਦੀ ਵੀ ਗੱਲਾਂ ਸੁਣਨ ਨੂੰ ਮਿਲਦੀਆਂ, ਲੋਕ ਕਹਿੰਦੇ ਹੈ ਕਿ ਉਹਨਾਂ ਨੂੰ ਤਾਂ ਫੰਡਿੰਗ ਦੀ ਲੋੜ ਨਹੀਂ ਹੈ, ਉਹਨਾਂ ਦੇ ਕੋਲ ਤਾਂ ਇਸ ਔਰਗਨਾਈਜੇਸ਼ਨ ਦੇ ਕੋਲ ਤਾਂ ਬਹੁਤ ਪੈਸਾ ਹੈ, ਅਤੇ ਉਸ ਤਰ੍ਹਾਂ ਦੀ ਗੱਲਾਂ ਨੂੰ ਤੁਸੀਂ ਕੀ ਕਹੋਗੇ? ਮੈਂ ਅੱਜ ਹੀ ਡਾਕਟਰ ਦਵਿੰਦਰ ਸਿੰਘ ਉਹਨਾਂ ਨਾਲ ਗੱਲ ਕਰ ਰਿਹਾ ਸੀ,
ਮੈਂ ਪੁੱਛਿਆ ਜੀ ਜੋ ਤੁਸੀਂ ਅਮਰੀਕਾ 'ਚੋਂ ਪੈਸੇ ਇਕੱਠੇ ਕਰਦੇ ਹੋ ਉਹ ਤੁਹਾਡਾ ਜਿਹਾ ਖਰਚੇ ਦਾ ਕਿੰਨੇ ਪਰਸੈਂਟ ਹੁੰਦਾ? ਡਾਕਟਰ ਸਾਹਿਬ ਦਾ ਜਵਾਬ ਸੀ ਕਿ ਜੋ ਸਾਡਾ ਖਰਚਾ ਹੈ ਉਹਦਾ ਅਸੀਂ 2.5 ਜਾਂ 3% ਐਵਰੀ ਈਅਰ USA ਤੋਂ ਕਲੈਕਟ ਕਰਦੇ ਹਾਂ। ਖਰਚਾ ਬਹੁਤ ਜ਼ਿਆਦਾ ਹੈਗਾ। ਆਪਾਂ ਨੂੰ ਵੀ ਆਪਣੀ ਜੋ ਰਿਸਪੋਂਸੀਬਿਲਟੀ ਪਛਾੜਨੀ ਚਾਹੀਦੀ ਹੈ, ਆਪਾਂ ਨੂੰ ਹੋਰ ਜ਼ਿਆਦਾ ਕੰਟਰੀਬਿਊਟ ਕਰਨਾ ਚਾਹੀਦਾ ਜਿੰਨਾ ਆਪਾਂ ਈਜ਼ੀ ਕਰ ਸਕਦੇ ਹਾਂ। ਕੋਈ $1 ਹੈ, $1 ਦੇ 72 ਰੁਪਈਏ ਬਣ ਜਾਂਦੇ ਨੇ। ਸੋ ਆਪਾਂ ਨੂੰ ਮੈਕਸੀਮ ਹੈਲਪ ਕਰਨੀ ਚਾਹੀਦੀ ਹੈ ਫੰਡਿੰਗ ਵਿੱਚ ਬੜੂ ਸਾਹਿਬ ਦੀ, ਸੋ ਦੈਟ ਉਹ ਹੋਰ ਅਕੈਡਮੀਆਂ ਖੋਲ੍ਹਣ ਅਤੇ ਹੋਰ ਆਪਣੇ ਪਿੰਡਾਂ ਦੇ ਬੱਚੇ ਹੋਰ ਚੰਗੀ ਤਰ੍ਹਾਂ ਪੜ੍ਹਨ ਔਰ ਬਾਅਦ ਵਿੱਚ ਆਪਣੀ ਲਾਈਫ ਵਿੱਚ ਸਕਸੈਸਫੁਲ ਹੋਣ। ਤੁਸੀਂ ਹੁਣੇ ਡਾਕਟਰ ਦਵਿੰਦਰ ਸਿੰਘ ਜੀ ਦੀ ਗੱਲ ਛੇੜੀ ਹੈ ਅਬਾਊਟ ਦੀ ਯੂਸ ਆਫ ਫੰਡਸ, ਰਾਈਟ? ਤੁਹਾਡੇ ਇਹਨਾਂ ਸਾਲਾਂ ਦੇ ਐਕਸਪੀਰੀਅੰਸ ਵਿੱਚ ਤੁਸੀਂ ਜੋ ਬਾਬਾ ਇਕਬਾਲ ਜੀ ਦੀ ਫਿਲੋਸਫੀ ਹੈਗੀ ਕਿ ਕਿੱਦਾਂ ਉਹਨਾਂ ਨੇ ਪੈਸੇ ਨੂੰ ਯੂਜ਼ ਕਰਨਾ, ਕਿਸ ਪਾਸੇ ਪੈਸੇ ਨੂੰ ਲਾਉਣਾ ਚਾਹੀਦਾ ਅਤੇ ਕਿਸ ਪਾਸੇ ਬੱਚਤ ਹੋਣੀ ਚਾਹੀਦੀ ਹੈ, ਉਹਦੇ ਬਾਰੇ ਥੋੜ੍ਹਾ ਜਿਹਾ ਦੱਸੋ ਸਾਨੂੰ। ਜੋ ਇੱਥੋਂ ਪੈਸੇ ਬਾਹਰੋਂ ਇਕੱਠੇ ਕਰ ਲੈ ਕੇ ਜਾਂਦੀ ਹੈ ਬੜੂ ਸਾਹਿਬ ਨੂੰ ਆਪਾਂ ਦਿੰਦੇ ਹਾਂ, ਉਹ ਗੌਰਮੈਂਟ ਆਫ ਇੰਡੀਆ ਦੇ ਬਹੁਤ ਸਖਤ ਰੂਲਸ ਨੇ। ਗੌਰਮੈਂਟ ਇੰਡੀਆ ਉਹ ਸਭ ਆਡਿਟ ਕਰਦੀ ਹੈ। ਸੋ ਬੜੂ ਸਾਹਿਬ ਦਾ ਇਹ ਰੂਲ ਹੈ ਜੋ ਆਪਾਂ ਪੈਸੇ ਦਿੰਦੇ ਹਾਂ ਉਹ ਸਿਰਫ ਅਕੈਡਮੀਆਂ ਦੀ ਕੰਸਟਰਕਸ਼ਨ 'ਤੇ ਲੱਗਦੇ ਨੇ। ਕੋਈ ਉਹ ਪੈਸਾ ਕਿਸੇ ਨੂੰ ਕੈਸ਼ ਕਦੇ ਨਹੀਂ ਦਿੱਤਾ ਜਾਂਦਾ, ਇਟ ਇਜ਼ ਪੇਡ ਥਰੂ ਚੈੱਕਸ ਓਨਲੀ, ਜੋ ਗੌਰਮੈਂਟ ਆਫ ਇੰਡੀਆ ਐਵਰੀ ਈਅਰ ਆਡਿਟ ਕਰਦੀ ਹੈ। ਸੋ ਕਿਸੇ ਨੂੰ ਇਹ ਸ਼ੱਕ ਨਹੀਂ ਹੋਣਾ ਚਾਹੀਦਾ ਜੀ ਇਹ ਪੈਸਾ ਆਪਣਾ ਮਿਸਯੂਜ਼ ਹੋ ਰਿਹਾ, ਇਹ ਤਾਂ ਇਜ਼ ਦੈਟਸ ਜਸਟ ਆਊਟ ਆਫ ਕੁਐਸਚਨ ਕਿ ਬੜੂ ਸਾਹਿਬ 'ਚ ਇਸ ਤਰ੍ਹਾਂ ਕਦੇ ਹੋਵੇਗਾ ਸ਼ਕਾ। ਤਾਂ ਆਪਾਂ ਨੂੰ ਚਾਹੀਦਾ, ਆਪਾਂ ਨੂੰ ਹੋਰ ਕੰਟਰੀਬਿਊਸ਼ਨਸ ਬੜੂ ਸਾਹਿਬ ਨੂੰ ਦੇਣੇ ਚਾਹੀਦੇ ਨੇ। ਉਹ ਇੰਨੀ ਮਿਹਨਤ ਕਰ ਰਹੇ ਨੇ ਉਹ ਆਪਣੇ ਬੱਚਿਆਂ ਨੂੰ ਪੇਂਡੂ ਬੱਚਿਆਂ ਨੂੰ ਪੜ੍ਹਾਉਣ ਲਈ। ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸਦਾ, ਮੋਸਟਲੀ ਇਹ ਅਕੈਡਮੀਆਂ ਨੇ ਇਹ ਪਿੰਡਾਂ 'ਚ ਨੇ, ਸਾਰੀਆਂ ਅਕੈਡਮੀਆਂ ਪਿੰਡਾਂ 'ਚ ਨੇ। ਹੁਣ ਵੱਡੇ ਵੱਡੇ ਸ਼ਹਿਰਾਂ 'ਚ ਨਾ ਵੀ ਕਾਫੀ ਮਤਲਬ ਸਟੂਡੈਂਟ ਉਹਨਾਂ ਦੇ ਰਹਿੰਦੇ ਉਹ ਸ਼ਹਿਰ ਦੇ ਵਿੱਚ ਨੇ, ਜਿਸ ਤਰ੍ਹਾਂ ਪਟਿਆਲੇ ਹੋਇਆ, ਲੁਧਿਆਣੇ ਹੋਇਆ, ਮੋਗਾ ਹੋਇਆ, ਉਹ ਬੱਸਾਂ ਦੇ ਥਰੂ ਰਹਿੰਦੇ ਉਹ ਸ਼ਹਿਰ ਦੇ ਵਿੱਚ ਨੇ, ਲੇਕਿਨ ਆਪਣੇ ਬੱਚਿਆਂ ਨੂੰ ਬੱਸ ਜੋ ਸਕੂਲ ਦੀਆਂ ਬੜੂ ਸਾਹਿਬ ਦੀਆਂ ਬੱਸਾਂ ਉਹਦੇ ਥਰੂ ਜਾ ਕੇ ਪਿੰਡਾਂ ਨੂੰ ਪਿੰਡਾਂ ਦੀ ਅਕੈਡਮੀ 'ਚ ਉਹਨਾਂ ਨੇ ਆਪਣੇ ਬੱਚਿਆਂ ਨੂੰ ਪੜ੍ਹਾ ਰਹੇ ਨੇ। ਇਹਦਾ ਕੀ ਕਾਰਨ ਤੁਸੀਂ ਕਹੋਗੇ? ਨੈਚੁਰਲੀ ਉਹ ਤਾਂ ਬੈਸਟ ਐਜੂਕੇਸ਼ਨ ਜੋ ਮਿਲ ਰਹੀ ਹੈ ਬੱਚਿਆਂ ਨੂੰ ਦੁਨਿਆਵੀ ਅਤੇ ਰਿਲੀਜੀਅਸ ਐਜੂਕੇਸ਼ਨ। ਸੋ ਮਤਲਬ ਤੁਸੀਂ ਇਹ ਕੌਨਫੀਡੈਂਸ ਨਾਲ ਕਹਿ ਸਕਦੇ ਹੋ ਕਿ ਉੱਥੇ ਦਾ ਜੋ ਹੁਣ ਐਜੂਕੇਸ਼ਨ ਦਾ ਲੈਵਲ ਇਹਨਾਂ ਨੇ ਇੱਕ ਸੈੱਟ ਕਰਤਾ ਹੈ, ਭਾਵੇਂ ਉਹ ਦੁਨਿਆਵੀ ਹੋਏ ਜਾਂ ਧਾਰਮਿਕ ਹੋਏ, ਉਹ ਇਸ ਲੈਵਲ ਦੀ ਹੈ ਕਿ ਜੋ ਆਪਣੇ ਸ਼ਹਿਰਾਂ 'ਚ ਰਹਿਣ ਵਾਲੇ ਵੀ ਕੁਛ ਬੱਚੇ ਕੁਛ ਫੈਮਿਲੀਜ਼ ਹੈਗੀ ਉਹ ਵੀ ਆਪਣੇ ਬੱਚਿਆਂ ਨੂੰ ਇਨ ਸਕੂਲਾਂ ਪਿੰਡਾਂ ਵਿੱਚ ਵੀ ਸੈਂਡ ਕਰਦੇ ਹੈ? ਕਿਉਂਕਿ ਸ਼ਹਿਰਾਂ ਵਿੱਚ ਵੀ ਜਿਹੜੇ ਪ੍ਰਾਈਵੇਟ ਸਕੂਲ ਨੇ ਉਹ ਇੱਕ ਤਾਂ ਹੁਣ ਉਹ ਮੈਂ ਸੁਣਿਆ ਵੀ ਰੂਲ ਹੈ ਵੀ ਤੁਸੀਂ ਪੰਜਾਬੀ ਨਹੀਂ ਬੋਲਣੀ, ਅੰਗਰੇਜ਼ੀ 'ਚ ਗੱਲ ਕਰਨੀ ਆ। ਪਰ ਕਾਫੀ ਪੇਰੈਂਟਸ ਨਹੀਂ ਚਾਹੁੰਦੇ, ਇਹ ਉਹ ਚਾਹੁੰਦੇ ਨੇ ਸਾਡੇ ਬੱਚੇ ਨੋਰਮਲੀ ਵੀ ਸਾਡੇ ਸਿੱਖੀ 'ਚ ਵੀ ਰਹਿਣ ਅਤੇ ਚੰਗੀ ਐਜੂਕੇਸ਼ਨ ਵੀ ਰਹਿਣ, ਜੋ ਕਿ ਬੜੂ ਸਾਹਿਬ ਦੀਆਂ ਅਕੈਡਮੀਆਂ ਨੇ, ਅਕਾਲ ਅਕੈਡਮੀਆਂ ਇਹ ਪ੍ਰੋਵਾਈਡ ਕਰ ਰਹੀਆਂ ਨੇ। ਸੋ ਉਹਨਾਂ ਨੇ ਇਹੀ ਸੋਚਿਆ ਵੀ 10-15 ਕਿਲੋਮੀਟਰ 'ਚ ਬੱਸਿੰਗ ਕਰਕੇ ਬੱਚਿਆਂ ਨੂੰ ਉਸ ਅਕੈਡਮੀਆਂ 'ਚ ਪੜ੍ਹਾਓ। ਅਤੇ ਗੁਰਚਰਨ ਜੀ, ਇੱਥੇ ਇੱਕ ਵਾਰੀ ਫਿਰ ਸਮਾਂ ਆ ਗਿਆ ਬ੍ਰੇਕ ਦਾ, ਬਟ ਬ੍ਰੇਕ ਤੋਂ ਬਾਅਦ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹਾਂਗੀ। ਇਹ ਤਾਂ ਆਪਾਂ ਗੱਲ ਕਰ ਲਈ ਪਿਛਲੇ 40 ਸਾਲਾਂ ਦਾ, ਤੁਹਾਡਾ ਤਜਰਬਾ ਇੱਥੇ ਸੈਟਲ ਹੋਣ ਤੋਂ ਬਾਅਦ, ਤੁਹਾਡੀ ਰਿਲੇਸ਼ਨਸ਼ਿਪ ਬੜੂ ਸਾਹਿਬ ਦੇ ਨਾਲ ਪਿਛਲੇ 30 ਤੋਂ ਵੱਧ ਸਾਲਾਂ ਤੋਂ ਤੁਸੀਂ ਜੁੜੇ ਹੋਏ ਹੋ, ਬਟ ਆਈ ਵਾਂਟ ਟੂ ਟਾਕ ਅਬਾਊਟ ਮੂਵਿੰਗ ਫੋਰਵਰਡ ਕਿ ਅੱਗੇ ਤੁਸੀਂ ਕੀ ਇਨਵਿਜ਼ਨ ਕਰਦੇ ਹੋ, ਕਿਸ ਪਾਸੇ ਇਸ ਔਰਗਨਾਈਜੇਸ਼ਨ ਨੂੰ ਜਾਣਾ ਚਾਹੀਦਾ ਅਤੇ ਸਾਡੀ ਕਮਿਊਨਿਟੀ ਦਾ ਕੀ ਰੋਲ ਹੋਣਾ ਚਾਹੀਦਾ ਟੂ ਹੈਲਪ ਆਵਰ ਰਿਲੀਜਨ ਆਵਰ ਕਲਚਰ ਸਟੇ ਸਟਰੋਂਗ। ਬਟ ਇੱਥੇ ਆਪਾਂ ਰੁਕਦੇ ਇੱਕ ਛੋਟੀ ਜਿਹੀ ਬ੍ਰੇਕ ਲਈ, ਤੁਸੀਂ ਜੁੜੇ ਰਹੋ, ਵੀ ਵਿਲ ਬੀ ਰਾਈਟ ਬੈਕ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਤੁਹਾਡਾ ਸਵਾਗਤ ਹੈ। ਪਹੁੰਚੇ ਹਾਂ ਆਪਾਂ ਸ਼ਿਕਾਗੋ, ਇਲਨੋਏ, ਅਤੇ ਸ਼ੋਅ ਹੈ ਵਿੱਚ ਦੁਨੀਆ ਸੇਵ ਕਮਾਈਏ। ਗੱਲ ਹੋ ਰਹੀ ਹੈ ਗੁਰਚਰਨ ਜੀ ਨਾਲ। ਗੁਰਚਰਨ ਜੀ, ਬ੍ਰੇਕ ਤੋਂ ਪਹਿਲੇ ਆਪਾਂ ਗੱਲ ਕਰ ਰਹੇ ਸੀ
ਤੁਹਾਡਾ ਇੱਥੇ ਦਾ ਐਕਸਪੀਰੀਅੰਸ 40 ਤੋਂ ਵੱਧ ਸਾਲਾਂ ਦਾ US ਵਿੱਚ ਸੈਟਲ ਹੋਣ ਦਾ, ਤੁਹਾਡਾ ਐਕਸਪੀਰੀਅੰਸ ਬੜੂ ਸਾਹਿਬ ਅਕਾਲ ਅਕੈਡਮੀ ਔਰਗਨਾਈਜੇਸ਼ਨ ਨਾਲ 30 ਤੋਂ ਵੱਧ ਸਾਲਾਂ ਦਾ ਤੁਹਾਡਾ ਉਹਨਾਂ ਦੇ ਨਾਲ ਰਿਸ਼ਤਾ, ਐਂਡ ਤੁਹਾਡੀ ਜੋ ਦਿਲੋਂ ਤੁਹਾਨੂੰ ਦਰਦ ਮਹਿਸੂਸ ਹੁੰਦਾ ਹੈ ਕਿ ਸਾਡੀ ਪੰਜਾਬੀ ਕੌਮ, ਸਾਡੀ ਸਿੱਖ ਕਮਿਊਨਿਟੀ ਕਿੱਥੇ ਸੀਗੀ ਅਤੇ ਹੁਣ ਕਿੱਥੇ ਆਪਾਂ ਰਹਿ ਗਏ ਹਾਂ, ਸਪੈਸ਼ਲੀ ਇੰਡੀਆ ਵਿੱਚ ਆਰਮੀ 'ਚ ਹੀ ਤੁਸੀਂ ਕਹਿ ਲਓ, ਤੁਸੀਂ ਇਗਜ਼ਾਮਪਲ ਬੜਾ ਵਧੀਆ ਦਿੱਤਾ ਸਾਨੂੰ। ਗੁਰਚਰਨ ਜੀ, ਮੂਵਿੰਗ ਫੋਰਵਰਡ, ਅਗਰ ਆਪਾਂ ਗੱਲ ਕਰਨੀ ਹੈ ਕਿ ਸਿੱਖ ਕਮਿਊਨਿਟੀ ਨੂੰ ਕਿੱਦਾਂ ਆਪਾਂ ਪ੍ਰੋਗਰੈਸ ਦੀ ਸਾਈਡ 'ਤੇ ਲੈ ਕੇ ਜਾਣਾ ਹੈ, ਅਤੇ ਕੀ ਤੁਸੀਂ ਕਹੋਗੇ ਇੱਕ ਇਸ ਤਰ੍ਹਾਂ ਦੀ ਚੀਜ਼ ਹੈ ਜੋ ਸਭ ਤੋਂ ਇੰਪੋਰਟੈਂਟ ਟੂਲ ਹੋਏਗਾ ਆਪਣੀ ਕਮਿਊਨਿਟੀ ਨੂੰ ਇੰਪਾਵਰ ਕਰਨ ਲਈ ਫੋਰ ਪ੍ਰੋਗਰੈਸ? ਸਭ ਤੋਂ ਵੱਡਾ ਟੂਲ ਮੇਰੇ ਖਿਆਲ ਵਿੱਚ ਬੱਚਿਆਂ ਨੂੰ ਬੈਟਰ ਐਜੂਕੇਸ਼ਨ ਦੇਣ ਦਾ ਜੀ। ਐਂਡ ਅਗਰ ਜੋ ਇਸ ਟਾਈਮ ਅਗਰ ਉਹ ਐਜੂਕੇਸ਼ਨ ਪ੍ਰੋਵਾਈਡ ਕਰਨ ਦਾ ਜੋ ਮਿਸ਼ਨ ਹੈ, ਅਗਰ ਉਹ ਗਵਰਨਮੈਂਟ ਨਹੀਂ ਕਰ ਸਕਦੀ, ਯੂ ਨੋ ਇੰਡੀਆ ਦੀ ਗਵਰਨਮੈਂਟ ਇਜ਼ ਦ ਲਾਰਜੈਸਟ ਡੈਮੋਕ੍ਰੇਸੀ ਇਨ ਦ ਵਰਲਡ, ਦੇਰ ਇਜ਼ ਅ ਲੋਟ ਆਫ ਸਿਟੀਜ਼ਨਸ ਟੂ ਟੇਕ ਕੇਅਰ ਆਫ, ਦ ਗਵਰਨਮੈਂਟ ਕੈਨਟ ਔਰ ਵੋਂਟ ਸਮਟਾਈਮਸ ਟੇਕ ਕੇਅਰ ਆਫ ਆਲ ਆਫ ਦੈਮ, ਅਗਰ ਗਵਰਨਮੈਂਟ ਉਹ ਚੀਜ਼ ਨਹੀਂ ਕਰ ਸਕਦੀ, ਦੈਨ ਕਿਹਦੀ ਰਿਸਪੋਂਸੀਬਿਲਿਟੀ ਬਣਦੀ ਹੈ ਉਸ ਚੀਜ਼ ਨੂੰ, ਉਹ ਬਰਡਨ ਨੂੰ ਚੁੱਕਣਾ? ਗਵਰਨਮੈਂਟ ਕਰ ਨਹੀਂ ਰਹੀ, ਕਿਉਂਕਿ ਹੁਣ ਮੈਂ ਐਵਰੀ ਡੇ ਮੈਂ ਕਾਫੀ ਨਿਊਜ਼ ਪੰਜਾਬ ਦੀਆਂ, ਜਸ ਪੰਜਾਬੀ 'ਤੇ ਆਉਂਦੀਆਂ ਜਾਂ ਹੋਰ ਚੈਨਲਾਂ 'ਤੇ ਆਉਂਦੀਆਂ ਮੈਂ ਦੇਖਦਾ। ਅੱਜ ਕੱਲ੍ਹ ਇੰਨੀ ਕਰਪਸ਼ਨ ਹੋਈ ਹੋਈ ਹੈ, ਉਹ ਆਪਣਾ ਕੰਮ, ਗਵਰਨਮੈਂਟਾਂ ਆਪਣੀਆਂ ਕੰਮ ਨਹੀਂ ਕਰ ਰਹੀਆਂ ਹੈਗੀਆਂ, ਸਿਰਫ ਅਤੇ ਸਿਰਫ ਜੋ ਹੈ ਕਲਗੀਧਰ ਸੁਸਾਇਟੀ ਹੈ, ਜੋ ਇਹ ਕਮਿਟਡ ਨੇ ਪਿੰਡਾਂ ਦੇ ਬੱਚਿਆਂ ਨੂੰ ਦੀ ਐਜੂਕੇਸ਼ਨ ਲਈ, ਇੰਨਾ ਕੋਈ ਕੰਮ ਕਰ ਨਹੀਂ ਸਕਦਾ। ਮੇਰੇ ਖਿਆਲ ਵਿੱਚ ਇਹ ਹੈ ਜੋ ਹੁਣ ਵਾਹਿਗੁਰੂ ਨੇ ਆਪਾਂ ਨੂੰ ਕਲਗੀਧਰ ਸੁਸਾਇਟੀ ਵਰਗੀ ਸੰਸਥਾ ਦਿੱਤੀ ਹੈ, ਸਾਨੂੰ ਇਹਦਾ ਫਾਇਦਾ ਉਠਾਉਣਾ ਚਾਹੀਦਾ ਕਿ ਸਾਡੇ ਪਿੰਡ ਦੇ ਬੱਚਿਆਂ ਨੂੰ ਜੋ ਬੈਸਟ ਐਜੂਕੇਸ਼ਨ ਇਹ ਦੇ ਰਹੇ ਨੇ ਉਹ ਹੋਰ ਸਾਰੇ ਬੱਚਿਆਂ ਨੂੰ ਮਿਲੇ, ਔਰ ਉਹ ਜੋ ਐਜੂਕੇਸ਼ਨ ਦਾ ਖਰਚਾ ਹੈ ਉਹ ਘਟੇ ਬੱਚਿਆਂ 'ਤੇ। ਉਹ ਇਸੇ ਕਰਕੇ ਹੋ ਸਕਦਾ ਜੇ ਆਪਾਂ ਹੁਣ, ਮੋਸਟਲੀ ਆਪਾਂ 30-30, 40-40 ਸਾਲ ਹੋ ਗਏ ਇੱਥੇ ਆਇਆਂ ਨੂੰ, ਮੋਸਟਲੀ ਵੀ ਆਰ ਵੈਲ ਸੈੱਟ ਨਾਓ, ਅਸੀਂ ਈਜ਼ੀਲੀ ਬਹੁਤ ਅੱਛੀ ਫੰਡਿੰਗ ਕਰ ਸਕਦੇ ਹੈਗੇ ਹਾਂ ਬੜੂ ਸਾਹਿਬ ਲਈ। ਐਂਡ ਤੁਹਾਡਾ ਉਹਨਾਂ ਲਈ ਕੀ ਕਹਿਣਾ ਹੋਏਗਾ ਜੋ ਸ਼ਾਇਦ ਇਸ ਪਾਸੇ ਨਹੀਂ ਫੀਲ ਕਰਦੇ, ਉਹਨਾਂ ਦੀ ਲੋੜ ਨਹੀਂ ਹੈ ਕਿ ਇਸ ਤਰ੍ਹਾਂ ਦੀ ਔਰਗਨਾਈਜੇਸ਼ਨ ਦਿੱਤਾ, ਕਿੰਨੇ ਸਪੋਰਟਰ ਹੈ ਉਹਨਾਂ ਨੂੰ ਸਾਡੀ ਲੋੜ ਨਹੀਂ ਹੈ, ਜੋ ਲੋਕ ਹੈਜ਼ੀਟੇਟ ਕਰਦੇ ਹੈ ਸ਼ਾਇਦ ਮੇ ਬੀ ਮਿਸ ਇਨਫੋਰਮੇਸ਼ਨ ਕਰਕੇ, ਉਹਨਾਂ ਨੂੰ ਤੁਸੀਂ ਕੀ ਕਹੋਗੇ? ਦੇਖੋ ਹੁਣ ਪੰਜਾਬ ਦੇ ਵਿੱਚ 92 ਅਕੈਡਮੀਜ਼ ਨੇ, ਮੈਂ ਲੁਧਿਆਣੇ ਜ਼ਿਲ੍ਹੇ ਦੀ ਗੱਲ ਕਰਦਾ, ਉੱਥੇ 7 ਅਕਾਲ ਅਕੈਡਮੀਆਂ ਪਿੰਡਾਂ ਦੇ ਵਿੱਚ ਨੇ ਸਾਰੀਆਂ। ਤੁਸੀਂ ਇੰਡੀਆ ਜਾਂਦੇ ਹੋ, ਅਕੈਡਮੀ ਡੈਫੀਨੇਟਲੀ ਜਾ ਕੇ ਇੱਕ ਅਕੈਡਮੀ ਨੂੰ ਵਿਜ਼ਿਟ ਕਰੋ, ਤੁਹਾਨੂੰ ਤੁਹਾਡਾ ਖੁਦ ਬ ਖੁਦ ਮਨ ਕਰਿਆ ਹੈਗਾ ਵੀ ਹਾਂ ਬਈ ਇਹ ਪਿੰਡਾਂ ਲਈ ਇਹ ਕਿੰਨਾ ਚੰਗਾ ਕੰਮ ਹੋ ਰਿਹਾ ਬੱਚਿਆਂ ਲਈ, ਔਰ ਤੁਹਾਡਾ ਡੈਫੀਨੇਟਲੀ ਜੀ ਕਰੇਗਾ ਵੀ ਅਸੀਂ ਫੰਡਿੰਗ ਕਰੀਏ। ਸੋ ਇਹ ਤੁਸੀਂ ਪੰਜਾਬ ਜਾਂਦੇ ਹੋ, ਮਨ ਬਣਾ ਕੇ ਇੱਕ ਅਕੈਡਮੀ ਜ਼ਰੂਰ ਜਾਓ, ਦੇਖੋ, ਆਪਣੀ ਅਸੈਸਮੈਂਟ ਕਰੋ, ਫਿਰ ਜਦੋਂ ਤੁਸੀਂ ਅਕੈਡਮੀ ਦੇਖੀ ਤੁਹਾਡਾ ਆਪੇ ਹੀ ਮਨ ਕਰੂਗਾ ਵੀ ਮੈਂ ਵੀ ਬੜੂ ਸਾਹਿਬ ਨੂੰ ਫੰਡਿੰਗ ਕਰਨੀ ਸ਼ੁਰੂ ਕਰਾਂ ਜੀ। ਅਤੇ ਗੁਰਚਰਨ ਜੀ, ਆਪਣੀ ਜੋ ਇੱਥੇ ਦੇ ਬੱਚੇ ਹੈ ਉਹਨਾਂ ਲਈ ਵੀ ਤੁਸੀਂ ਫੈਮਿਲੀਜ਼ ਨੂੰ ਕਹਿ ਸਕਦੇ ਹੋ ਕਿ ਜੋ ਬੱਚੇ ਇੱਥੇ ਸ਼ਾਇਦ ਸਿੱਖੀ ਨਾਲ ਜੁੜੇ ਹੈ ਬਟ ਓਨੇ ਕੁ ਨਹੀਂ ਜੁੜੇ ਜਿੰਨਾ ਸ਼ਾਇਦ ਉਹਨਾਂ ਨੂੰ ਹੋਣਾ ਚਾਹੀਦਾ ਹੈ, ਤਾਂ ਕਿ ਉਹ ਵੀ ਆਪਣੀ ਅਗਲੀ ਜਨਰੇਸ਼ਨ ਨੂੰ ਇਹ ਨੌਲੇਜ ਪਾਸ ਔਨ ਦੇ ਹੈਵ ਦ ਕੇਪੇਬਿਲਿਟੀ ਡੂ ਦੈਟ, ਉਹਨਾਂ ਨੂੰ ਤੁਸੀਂ ਕੀ ਕਹੋਗੇ? ਉਹਨਾਂ ਦੇ ਕੋਲ ਕੀ ਫੈਸਿਲਿਟੀ ਹੈ ਆਪਣੇ ਬੱਚਿਆਂ ਨੂੰ ਇੱਕ ਔਥੈਂਟਿਕ ਧਾਰਮਿਕ ਐਜੂਕੇਸ਼ਨ ਪ੍ਰੋਵਾਈਡ ਕਰਨ ਲਈ? ਮੈਂ ਸ਼ਿਕਾਗੋ ਦੀ ਗੱਲ ਦੱਸ ਰਿਹਾ ਵੀ ਇੱਥੇ ਅਕਾਲ ਅਕੈਡਮੀ ਟਾਈਪ ਸਕੂਲ ਬਹੁਤ ਔਖਾ ਹੋਏਗਾ ਕਿਉਂਕਿ ਅਸੀਂ ਔਲ ਸਕੈਟਰਡ ਹਾਂ। ਪਰ ਜਿਸ ਤਰ੍ਹਾਂ ਕੈਲੀਫੋਰਨੀਆ 'ਚ ਹੈ, ਮੈਂ ਦੇਖਦਾ ਉੱਥੇ ਸੈਕਰਾਮੈਂਟੋ ਉਹਨਾਂ ਨੇ ਪਬਲਿਕ ਸਕੂਲ ਸਿਸਟਮ 'ਚ ਇੱਕ ਸਕੂਲ ਖੋਲ੍ਹਿਆ,
ਉਹ ਜਸ ਪੰਜਾਬੀ ਤੋਂ ਮੈਂ ਜੋ ਉਹਨਾਂ ਦੇਖਿਆ ਉਹ ਵਰਕਿੰਗ ਉਹਦੇ ਉਸ ਜਿੱਥੇ ਆਪਣੀ ਸਿੱਖ ਆਬਾਦੀ ਹੈਗੀ ਹੈ ਉੱਥੇ ਜ਼ਰੂਰ ਉਹੋ ਜਿਹੇ ਸਕੂਲ ਖੋਲ੍ਹਣੇ ਚਾਹੀਦੇ ਨੇ ਔਰ ਉਹਨਾਂ ਨੂੰ ਵੀ ਫੰਡ ਕਰੋ ਕਿਉਂਕਿ ਆਪਣੇ ਬੱਚੇ ਨੇ ਵਾਪਸ ਤਾਂ ਹੁਣ ਜਾਣਾ ਨਹੀਂ ਬੱਚਿਆਂ ਨੇ ਤਾਂ ਇੱਥੇ ਹੀ ਰਹਿਣਾ ਆਪਾਂ ਵੀ ਨਹੀਂ ਜਾਣਾ ਮੋਸਟਲੀ ਇੱਥੇ ਹੀ ਰਹਿਣਾ ਹੁਣ ਸੋ ਇੱਥੇ ਵੀ ਚੰਗੇ ਸਕੂਲ ਆਪਣੇ ਬਣਾ ਸਕੀਏ ਜਿੱਥੇ ਆਪਣੇ ਸਿੱਖ ਆਬਾਦੀ ਹੈਗੀ ਹੈ ਸਿੱਖਾਂ ਦੀ ਜਿਸ ਤਰ੍ਹਾਂ ਨਿਊਯੋਰਕ 'ਚ ਹੈ ਰਿਚਮੰਡ ਹਿੱਲ ਵਿੱਚ ਹੈ ਅਤੇ ਕੈਲੀਫੋਰਨੀਆ 'ਚ ਤਾਂ ਸੈਕਰਾਮੈਂਟੋ ਏਰੀਆ ਯੂਬਾ ਸਿਟੀ ਹੈ ਯੂਬਾ ਸਿਟੀ ਦੇ ਨੇੜੇ ਨੇੜੇ ਛੋਟੇ ਛੋਟੇ ਟਾਊਨ ਨੇ ਬਸਿੰਗ ਜਿਸ ਤਰ੍ਹਾਂ ਹੈਗੀ ਉਹ ਆ ਸਕਦੀ ਹੈ ਐਂਡ ਤੁਸੀਂ ਕਹਿ ਸਕਦੇ ਹੋ ਕਿ ਜੋ ਆਪਣੀ ਕਮਿਊਨਿਟੀ ਅਗਰ ਕਿਸੇ ਮਾਡਲ ਨੂੰ ਫੋਲੋ ਕਰਨਾ ਹੋਏ ਆਪਾਂ ਕੈਥਲਿਕ ਸਕੂਲਸ ਦੇ ਮਾਡਲ ਨੂੰ ਵੇਖ ਸਕਦੇ ਹਾਂ ਕੈਥਲਿਕ ਸਕੂਲਸ ਕਾਫੀ ਥਾਵਾਂ 'ਤੇ ਆਈ ਮੀਨ ਇਨ ਐਵਰੀ ਸਿਟੀ ਦੇਰ ਇਜ਼ ਮਲਟੀਪਲ ਕੈਥਲਿਕ ਪ੍ਰਾਈਵੇਟ ਸਕੂਲ ਜਿੱਥੇ ਤੁਸੀਂ ਫੀਸ ਵੀ ਪਾਉਂਦੇ ਹੋ ਉੱਥੇ ਬੱਚੇ ਪੜ੍ਹ ਕੇ ਉਹ ਮਾਸ ਵੀ ਕਰਦੇ ਹੈ ਹਰ ਰੋਜ਼ ਅਤੇ ਉਹਨਾਂ ਨੂੰ ਐਜੂਕੇਸ਼ਨ ਵੀ ਮਿਲਦੀ ਹੈ ਐਂਡ ਦੈਨ ਆਫਟਰਵਰਡਸ ਉਨ ਹਾਈ ਸਕੂਲ ਦੇ ਬੱਚਿਆਂ ਨੂੰ ਸਮਟਾਈਮਸ ਦੇ ਗੈਟ ਸਿਲੈਕਟਡ ਟੂ ਸਮ ਆਫ ਦ ਬੈਸਟ ਕਾਲਜਿਸ ਇਨ ਦ ਕੰਟਰੀ ਆਫਟਨ ਆਈਵੀ ਲੀਗ ਡੂ ਯੂ ਥਿੰਕ ਕਿ ਸਾਡੀ ਕਮਿਊਨਿਟੀ ਵਿੱਚ ਵੀ ਪੋਟੈਂਸ਼ੀਅਲ ਹੈ ਉਸ ਮਾਡਲ ਨੂੰ ਫੋਲੋ ਕਰਕੇ ਉਸ ਲੈਵਲ ਤੱਕ ਜਾਣ ਦਾ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਹੁਣ ਆਪਾਂ ਆਇਆਂ ਨੂੰ 40-50 ਸਾਲ ਹੋ ਗਏ ਨਾਓ ਵੀ ਆਰ ਵੈਲ ਸੈੱਟ ਆਪਣੀ ਕਮਿਊਨਿਟੀ ਕਾਫੀ ਕੰਸਿਡਰ ਇਸ ਕੰਸਿਡਰ ਦਾ ਰਿਚੈਸਟ ਕਮਿਊਨਿਟੀ ਨਾਓ ਲੇਕਿਨ ਆਪਾਂ ਇਸ ਗੱਲ ਵੱਲ ਧਿਆਨ ਨਹੀਂ ਦੇ ਰਹੇ ਬਹੁਤ ਘੱਟ ਧਿਆਨ ਦੇ ਰਹੇ ਹਾਂ ਹੁਣ ਜਿਸ ਤਰ੍ਹਾਂ ਕਿਹਾ ਵੀ ਜਿੱਥੇ ਪਾਪੂਲੇਸ਼ਨ ਸਿੱਖਾਂ ਦੀ ਹੈਗੀ ਹੈ ਜਿਸ ਤਰ੍ਹਾਂ ਕੈਲੀਫੋਰਨੀਆ ਸਾਨੂੰ ਉੱਥੇ ਅਕਾਲ ਅਕੈਡਮੀਆਂ ਉਸ ਏਰੀਆ 'ਚ ਖੋਲ੍ਹਣੀਆਂ ਚਾਹੀਦੀਆਂ ਔਰ ਬੜੂ ਸਾਹਿਬ ਵਾਲੇ ਬਹੁਤ ਹੈਲਪ ਕਰਨਗੇ ਅਕਾਲ ਅਕੈਡਮੀ ਖੋਲ੍ਹਣ 'ਚ ਬਹੁਤ ਹੈਲਪ ਕਰਨਗੇ ਔਰ ਸਾਨੂੰ ਸਿੱਖਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਾਂ ਫੋਲੋ ਕਰੀਏ ਬਾਹਰਲੇ ਸਟੇਟਾਂ ਜਿੱਥੇ ਸਿੱਖ ਹੈ ਨਹੀਂ ਉਹ ਆਪਣੇ ਬੱਚੇ ਵੀ ਉੱਥੇ ਭੇਜ ਸਕਦੇ ਨੇ ਹੋਸਟਲ 'ਚ ਰਹਿ ਸਕਦੇ ਨੇ ਸੋ ਆਪਾਂ ਨੂੰ ਇੱਧਰਲੇ ਪਾਸੇ ਆਉਣਾ ਚਾਹੀਦਾ ਹੈ ਕਿ ਅਕਾਲ ਅਕੈਡਮੀਆਂ ਜਿਹੜੀਆਂ ਹੈ ਸਾਨੂੰ ਇੱਥੇ ਵੀ ਖੋਲ੍ਹਣੀਆਂ ਚਾਹੀਦੀਆਂ ਨੇ ਸੋ ਤੁਹਾਡੇ ਖਿਆਲ 'ਚ ਤੁਸੀਂ ਤੁਹਾਡਾ ਖਿਆਲ ਇਹ ਹੈਗਾ ਕਿ ਜੋ ਇੰਡੀਆ 'ਚ ਕੰਮ ਚੱਲ ਰਿਹਾ ਹੈ ਉੱਥੇ ਦੀ ਜੋ ਆਪਣੀ ਕਮਿਊਨਿਟੀ ਉੱਥੇ ਪਿੰਡਾਂ ਦੇ ਜੋ ਬੱਚੇ ਹੈ ਉਸ ਕੰਮ ਵਿੱਚ ਵੀ ਸਾਨੂੰ ਸਪੋਰਟ ਕਰਨੀ ਚਾਹੀਦੀ ਹੈ ਬਿਕੋਜ਼ ਸਾਡੀ ਰੂਟ ਸਾਡੀ ਜੜ੍ਹਾਂ ਉੱਥੋਂ ਆਉਂਦੀਆਂ ਸਾਡੀ ਓਬਲੀਗੇਸ਼ਨ ਬਣਦੀ ਹੈ ਕਿ ਉਸ ਜਨਰੇਸ਼ਨ ਨੂੰ ਆਪਾਂ ਸਪੋਰਟ ਕਰਕੇ ਉਹਨਾਂ ਨੂੰ ਇਨੇਬਲ ਕਰੀਏ ਸਕਸੈਸ ਲਈ ਬਟ ਜੋ ਆਪਣੀ ਇੱਥੇ ਦੀ ਜਨਰੇਸ਼ਨ ਹੈਗੀ ਬੱਚਿਆਂ ਲਈ ਇਨ ਦਾ ਫਿਊਚਰ ਤੁਹਾਡਾ ਖਿਆਲ ਹੈ ਕਿ ਇੱਥੇ ਦੀ ਜਨਰੇਸ਼ਨ ਲਈ ਇੱਥੇ ਵੀ ਸਕੂਲ ਹੋਣੇ ਚਾਹੀਦੇ ਅਕਾਲ ਅਕੈਡਮੀ ਸਟਾਈਲ ਅਕਾਲ ਅਕੈਡਮੀ ਬੜੂ ਸਾਹਿਬ ਵਾਲੇ ਡੈਫੀਨੇਟਲੀ ਹੈਲਪ ਕਰਨਗੇ ਅਕਾਲ ਅਕੈਡਮੀ ਇੱਥੇ ਵੀ ਖੋਲ੍ਹਣਗੇ ਲੇਕਿਨ ਫੰਡਿੰਗ ਦੀ ਜ਼ਰੂਰਤ ਹੈ ਜੋ ਆਪਾਂ ਨੂੰ ਇੱਥੇ ਵੀ ਪ੍ਰੋਵਾਈਡ ਕਰਨੀ ਚਾਹੀਦੀ ਹੈ ਇੱਥੇ ਅਕਾਲ ਅਕੈਡਮੀਆਂ ਖੋਲ੍ਹਣ ਲਈ ਸ਼ੁਰੂ ਕਰ ਦੇਣੀ ਚਾਹੀਦੀ ਇੱਕ ਖੁੱਲ੍ਹਿਆ 200 ਖੁੱਲ੍ਹਿਆ ਜਿੰਨੀ ਜ਼ਰੂਰਤ ਹੈਗੀ ਹੈ ਉਹ ਐਕਸਪੀਰੀਅੰਸ ਨਾਲ ਆਪਾਂ ਵੀ ਦੇਖਾਂਗੇ ਵੀ ਇਹ ਕਿੰਨੀ ਐਜੂਕੇਸ਼ਨ ਚੰਗੀ ਦੇ ਰਹੇ ਨੇ ਜੀ ਐਬਸੋਲੂਟਲੀ ਗੁਰਚਰਨ ਜੀ ਹੁਣ ਸਮਾਂ ਸਾਡੇ ਕੋਲ ਜ਼ਿਆਦਾ ਨਹੀਂ ਰਹਿ ਗਿਆ ਅਤੇ ਇਸ ਟਾਈਮ ਮੈਂ ਤੁਹਾਨੂੰ ਕਹਾਂਗੀ ਕਿ ਤੁਸੀਂ ਸਾਡੀ ਆਡੀਅੰਸ ਲਈ ਤੁਹਾਡਾ ਕੋਈ ਵੀ ਮੈਸੇਜ ਜੋ ਤੁਸੀਂ ਡਾਇਰੈਕਟਲੀ ਉਹਨਾਂ ਨੂੰ ਕਹਿਣਾ ਚਾਹੁੰਦੇ ਹੋ ਇਸ ਟੋਪਿਕ ਬਾਰੇ ਤੁਸੀਂ ਪਲੀਜ਼ ਉਹਨਾਂ ਨੂੰ ਕਹੋ ਮੇਰੀ ਤਾਂ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਜਿਸ ਤਰ੍ਹਾਂ ਅੱਗੇ ਕਿਹਾ ਆਪਾਂ ਹੁਣ 40-50 ਸਾਲ ਦੇ ਇੱਥੇ ਆਏ ਹੋਏ ਹਾਂ ਮੋਸਟਲੀ ਕਾਫੀ ਆਪਾਂ ਹੁਣ ਕਾਫੀ ਵੈਲ ਰਿਟਾਇਰ ਮੋਸਟਲੀ ਰਿਟਾਇਰਡ ਹਾਂ ਵੈਲ ਸੈੱਟ ਹੈ ਹੁਣ ਆਪਾਂ ਨੂੰ ਬੱਚੇ ਵੀ ਮੋਸਟਲੀ ਆਪਣੇ ਪੜ੍ਹ ਗਏ ਨੇ ਹੁਣ ਆਪਾਂ ਜਿਹੜੀ ਹੋਰ ਜਨਰੇਸ਼ਨ ਆ ਇੰਡੀਆ ਦੀ ਜਾਂ ਇੱਥੇ ਦੀ ਆਪਾਂ ਨੂੰ ਉਸ ਵੱਲ ਖਿਆਲ ਦੇਣਾ ਕਰਨਾ ਚਾਹੀਦਾ ਅਤੇ ਆਪਾਂ ਨੂੰ ਫੰਡਿੰਗ ਜਿਹੜੀ ਹੈ ਨਾ ਜਿੰਨੀ ਆਪਾਂ ਆਪਣੇ ਪੈਸੇ ਦਸਵੰਧ ਵਿੱਚ ਬੜੂ ਸਾਹਿਬ ਨੂੰ ਜ਼ਰੂਰ ਦੇਣੇ ਚਾਹੀਦੇ ਨੇ ਕਿਉਂਕਿ ਮੇਰਾ ਵਿਸ਼ਵਾਸ ਹੈ ਪੂਰਾ ਤੁਹਾਡਾ ਇੱਕ ਇੱਕ ਪੈਸਾ ਦਿੱਤਾ ਬੜੂ ਸਾਹਿਬ ਦਾ ਵੈਲ ਅਕਾਊਂਟਡ ਹੈ ਪੈਸੇ ਨਾਲ ਕਦੇ ਖਿਲਾਵਟ ਨਹੀਂ ਹੋਏਗੀ ਬੜੂ ਸਾਹਿਬ ਦੇ ਪੈਸਿਆਂ ਨਾਲ ਜਿਸ ਤਰ੍ਹਾਂ ਹੁਣ ਡਾਕਟਰ ਦਵਿੰਦਰ ਸਿੰਘ ਜੀ ਹੁਣੀ ਆਏ ਹੋਏ ਨੇ ਮੈਂ ਗੱਲਾਂ ਕੀਤੀਆਂ ਨੇ ਆਈ ਮੀਨ ਮੈਂ ਜ਼ਿਆਦਾ ਤਾਰੀਫ ਵੀ ਕਰਦਾ ਪਰ ਮੈਨੂੰ ਸੱਚੀ ਇਹ ਜ਼ਿਆਦਾ ਤਿਆਗੀ ਇਨਸਾਨ ਮੈਂ ਪਹਿਲੀ ਦਫ਼ਾ ਦੇਖਿਆ ਜੋ ਸਭ ਕੁਝ ਛੱਡ ਛੁਡਾ ਕੇ ਇੰਨੀ ਹਾਈਲੀ ਐਜੂਕੇਟਡ
ਵੈਲ ਸੈਟ, ਦੇਖੋ ਕਿੱਦਾਂ ਸੇਵਾ 'ਚ ਲੱਗੇ ਹੋਏ ਨੇ, ਔਰ ਫਿਊਚਰ ਅਕੈਡਮੀਆਂ ਦਾ ਇਹਨਾਂ ਦੇ ਹੱਥ 'ਚ ਹੈ, ਇਹਨਾਂ ਨਹੀਂ ਕਰ ਸਭ ਕੁਛ ਕਰਨਾ. ਸੋ ਪਲੀਜ਼, ਮੇਰੀ ਤਾਂ ਇਹੀ ਬੇਨਤੀ ਹੈ ਕਿ ਆਪਾਂ ਵੀ ਇੱਥੇ ਆਪਣਾ ਫਰਜ਼ ਪਹੁੰਚਾਣੀਏ ਕਿ ਬੜੂ ਸਾਹਿਬ ਨੂੰ ਜਿੰਨੀ ਆਪਾਂ ਫੰਡਿੰਗ ਕਰ ਸਕਦੇ ਹਾਂ ਦਈਏ. ਔਰ ਜਿਸ ਤਰ੍ਹਾਂ ਮੈਂ ਕਿਹਾ ਵੀ ਕੈਲੀਫੋਰਨੀਆ ਸਾਈਡ 'ਤੇ ਇੱਥੇ ਆਪਣੀ ਸਿੱਖ ਬਹੁਤ ਰਹਿੰਦੇ ਨੇ, ਉਹਨਾਂ ਨੂੰ ਉਪਰਾਲਾ ਕਰਨਾ ਚਾਹੀਦਾ ਕਿ ਬੜੂ ਸਾਹਿਬ ਨੂੰ ਅਪਰੋਚ ਕਰਕੇ ਉਹ ਆਪਣੇ ਏਰੀਆ 'ਚ ਵੀ ਅਕਾਲ ਅਕੈਡਮੀਆਂ ਸ਼ੁਰੂ ਕਰਾਉਣ. ਜੀ, ਅਤੇ ਇਹ ਤੁਹਾਡਾ ਮੈਸੇਜ ਬਹੁਤ ਹੀ ਸਟਰੋਂਗ ਅਤੇ ਹੋਪਫੁਲੀ ਬਹੁਤ ਲੋਕਾਂ ਨੂੰ ਮੋਟੀਵੇਟ ਕਰੂਗਾ. ਅਤੇ ਇੱਥੇ ਸਾਡਾ ਸਮਾਂ ਆ ਗਿਆ ਹੈ ਸ਼ੋਅ ਦੇ ਐਂਡ ਦਾ. ਮੈਂ ਸਭ ਤੋਂ ਪਹਿਲੇ ਥੈਂਕ ਯੂ ਕਰਾਂਗੀ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ, ਅਤੇ ਮੈਂ ਥੈਂਕ ਯੂ ਕਰਾਂਗੀ ਤੁਹਾਡਾ ਗੁਰਚਰਨ ਜੀ ਕਿ ਤੁਸੀਂ ਸਾਨੂੰ ਇੱਥੇ ਸੱਦਿਆ ਅਤੇ ਦੋ ਪਲ ਸਾਡੇ ਨਾਲ ਗੱਲ ਕੀਤੀ. ਇਹ ਐਪੀਸੋਡ ਸੀਗਾ ਵਿੱਚ ਦੁਨੀਆ ਸੇਵ ਕਮਾਈਏ, ਅਤੇ ਇੱਕ ਵਾਰੀ ਫਿਰ ਗੱਲ ਹੋਈ ਹੈ ਬੜੂ ਸਾਹਿਬ ਅਕਾਲ ਅਕੈਡਮੀ ਦੇ ਮੈਰਿਟਸ ਬਾਰੇ ਕਿ ਉਹ ਪੰਜਾਬ ਲਈ ਕੀ ਚੇਂਜ ਲਾਉਣ ਦੀ ਕੋਸ਼ਿਸ਼ ਕਰ ਰਹੇ, ਅਤੇ ਉਹਨਾਂ ਨੂੰ ਤੁਹਾਡੇ ਤੋਂ ਕੀ ਹੈਲਪ ਦੀ ਲੋੜ ਹੈ ਆਪਣੀ ਸਿੱਖ ਕੌਮ ਦੀ ਪ੍ਰੋਗਰੈਸ ਲਈ. ਇਸ ਤਰ੍ਹਾਂ ਦੇ ਹੋਰ ਵੀ ਐਪੀਸੋਡ ਆਪਾਂ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ. ਤੁਸੀਂ ਜੁੜੇ ਰਹੋ ਸਾਡੇ ਨਾਲ ਹਮੇਸ਼ਾ. ਇਹ ਸੀਗੀ ਜਸ ਪੰਜਾਬੀ ਦੀ ਪ੍ਰੋਡਕਸ਼ਨ.